अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ, ਸਲਾਮ ਅਰਜ ਹੈ ਸਾਰੇ ਦੇਸ਼ ਵਿਦੇਸ਼ ਦੇ ਸਤਿਕਾਰਤ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਅਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਜਿਹੜੇ ਮੌਜੂਦ ਮਹਿਮਾਨਾਂ ਨੂੰ ਆਪਾਂ ਸੱਦਾ ਦਿੱਤਾ, ਉਹਨਾਂ ਦੀ ਜਾਣ ਪਹਿਚਾਣ ਮੈਂ ਤੁਹਾਡੇ ਨਾਲ ਕਰਾ ਦਿਆਂ। ਮੇਰੇ ਨਾਲ ਬੈਠੇ ਨੇ ਪਟਿਆਲਾ ਦੇ ਮਹਿੰਦਰਾ ਕਾਲਜ ਤੋਂ ਪੋਲੀਟੀਕਲ ਵਿਭਾਗ ਤੋਂ ਡਾਕਟਰ ਬਲਜਿੰਦਰ ਸਿੰਘ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ। ਅਤੇ ਆਪਣੇ ਦੂਸਰੇ ਮੌਜੂਦ ਮਹਿਮਾਨ ਬਹੁਪੱਖੀ ਸ਼ਖਸੀਅਤ ਸਰਬਜੀਤ ਸਿੰਘ ਓਖਲਾ। ਓਖਲਾ ਸਾਹਿਬ ਲੇਖਕ ਵੀ ਨੇ, ਪੱਤਰਕਾਰ ਵੀ ਨੇ, ਪ੍ਰਵਾਸੀ ਪੰਜਾਬੀ ਵੀ ਨੇ ਅਤੇ ਪੋਲੀਟੀਕਲ ਪਾਰਟੀ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵੀ ਬੁੱਧੀਜੀਵੀ ਸੈੱਲ ਤੋਂ ਇੰਟਲੈਕਚੁਅਲ ਪਰਸਨੈਲਿਟੀ ਨੇ, ਤਰਕਸ਼ੀਲ ਵੀ ਨੇ। ਓਖਲਾ ਸਾਹਿਬ ਸਵਾਗਤ ਆ, ਮਿਹਰਬਾਨੀ। ਅਤੇ ਜਿਸ ਤਰ੍ਹਾਂ ਭਾਰਤ ਜਾਂ ਪੰਜਾਬ ਦੀਆਂ ਗਤੀਵਿਧੀਆਂ 'ਤੇ ਤੁਹਾਡੇ ਨਾਲ ਨਜ਼ਰ ਸਾਂਝੀ ਕਰਦੇ ਹਾਂ, ਖਬਰਾਂ ਦੇ ਪਿੱਛੇ ਦੇ ਸਾਰ ਕੀ ਨੇ, ਨਿਊਜ਼ ਦੇ ਪਿੱਛੇ ਵਿਊਜ਼ ਕੀ ਨੇ, ਉਸ ਮੁਤਲਕ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸੱਚ ਦਾ ਸਾਹਮਣਾ ਦੇ ਵਿੱਚ ਕਈ ਸੱਚਾਂ 'ਤੇ ਜਿਹੜੀ ਹੈ ਚਰਚਾਵਾਂ ਕਰੀਦੀਆਂ ਨੇ ਕਿ ਇਸ ਪਿੱਛੇ ਸੋਚ ਕੀ ਹੈ, ਇਸ ਪਿੱਛੇ ਸ਼ੋਸ਼ੇਬਾਜ਼ੀ ਕੀ ਹੈ। ਉਸ ਦੌਰਾਨ ਜਿਹੜਾ ਭਾਰਤੀ ਅਦਾਲਤ ਨੇ ਇੱਕ ਵੱਡਾ ਫੈਸਲਾ ਕੀਤਾ, ਦੇਸ਼ ਦੇ ਵਿੱਚ ਇਹ ਚੌਥਾ ਵੱਡਾ ਫੈਸਲਾ ਜਿਸ ਦੇ ਵਿੱਚ ਜਿਹੜੀ ਅਦਾਲਤ ਹੈ ਜੇਲ੍ਹ ਦੇ ਵਿੱਚ ਲੱਗੀ ਹੈ। ਹਿੰਦੂ ਪ੍ਰਚਾਰਕ ਆਸਾਰਾਮ ਨੂੰ ਜਿਸ ਤਰ੍ਹਾਂ ਬਲਾਤਕਾਰ ਦੇ ਮਾਮਲੇ ਦੇ ਵਿੱਚ ਤਾ ਉਮਰ ਜੇਲ੍ਹ ਦੀ ਸਜ਼ਾ ਮਿਲੀ ਹੈ, ਧਰਮ ਕਰਮ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਦੇ ਕੁਕਰਮ ਕਰਦੇ ਨੇ, ਉਹਦੇ ਪਿੱਛੇ ਕਾਰਨ ਕੀ ਨੇ। ਇੰਡੀਅਨ ਜੁਡੀਸ਼ਰੀ ਦਾ ਇਹ ਫੈਸਲਾ, ਹਾਲਾਂਕਿ ਜੁਡੀਸ਼ਰੀ ਆਲਰੇਡੀ ਕਈ ਸਵਾਲਾਂ ਦੇ ਵਿੱਚ ਸਰਕਾਰ ਦੇ ਨਾਲ ਸਾਂਝ ਦੇ ਮੁਤਲਕ ਸੁਪਰੀਮ ਕੋਰਟ ਵੀ ਘਿਰੀ ਹੋਈ ਹੈ, ਖਾਸ ਕਰਕੇ ਚੀਫ ਜਸਟਿਸ। ਉਸ ਦੌਰਾਨ ਧਰਮ ਅਤੇ ਰਾਜਨੀਤੀ ਦਾ ਜਿਹੜਾ ਇਹ ਰਿਸ਼ਤਾ ਹੈ, ਇਸ ਰਿਸ਼ਤੇ ਦੇ ਵਿੱਚ ਜੇ ਦੇਖੀਏ ਮੁੱਢ ਕਦੀਮ ਤੋਂ, ਮੈਂ ਜਾਣਨਾ ਚਾਹਾਂਗਾ ਓਖਲਾ ਸਾਹਿਬ, ਸੰਸਾਰ ਦੇ ਜਿਹੜੇ ਮੁੱਢਲੇ ਧਰਮ ਸ਼ੁਰੂ ਹੁੰਦੇ ਨੇ, ਭਾਵੇਂ ਉਹ ਹਿਬਰੂ ਹੈ ਜਾਂ ਇੰਡੀਆ ਦੇ ਵਿੱਚ ਵੈਦਿਕ ਕਾਲ ਸੀਗਾ, ਉਸ ਦੌਰਾਨ ਓਖਲਾ ਸਾਹਿਬ ਇਹ ਰਾਜਨੀਤੀ ਦਾ ਅਤੇ ਧਰਮ ਦਾ ਕੀ ਕੰਸੈਪਟ ਚੱਲਿਆ ਆਉਂਦਾ, ਜਿਹੜਾ ਅੱਜ ਕੱਲ੍ਹ ਕਾਫੀ ਪਲੀਤ ਰਿਸ਼ਤਾ ਹੋ ਗਿਆ ਜੀ। ਜਿੱਥੋਂ ਤੱਕ ਮੇਰੀ ਸਟੱਡੀ ਕੰਮ ਕਰਦੀ ਆ, ਉਸ ਵੇਲੇ ਧਰਮ ਦਾ ਇਸ ਤਰ੍ਹਾਂ ਦਾ ਕੋਈ ਰੂਪ ਹੈ ਹੀ ਨਹੀਂ ਸੀ, ਫਾਰਮਲ ਰੂਪ ਕੋਈ ਨਹੀਂ ਸੀ ਹੈਗਾ। ਸਿਰਫ ਇੱਕ ਕੁਝ ਰਸਮਾਂ ਇਸ ਰੂਪ 'ਚ ਸੀ, ਜਿਵੇਂ ਕੁਝ ਸ਼ਕਤੀਆਂ ਮੰਨ ਲਈਆਂ ਗਈਆਂ ਡਰ ਕਰਕੇ, ਅੱਗ ਦਾ ਡਰ, ਪਾਣੀ ਦਾ ਡਰ, ਪਹਿਲੇ ਲੈਵਲ 'ਤੇ ਇਹੀ ਇਹਨੂੰ ਹੀ ਉਹਨਾਂ ਨੇ, ਧਰਮ ਦਾ ਨਾਂ ਕਿਤੇ ਨਹੀਂ ਸੀ ਦਿੱਤਾ ਗਿਆ, ਉਦੋਂ ਰੱਬ ਦੀ ਹੋਂਦ ਦਾ ਜ਼ਿਕਰ ਵੀ ਕਿਤੇ ਨਹੀਂ ਆਉਂਦਾ। ਨੈਕਸਟ ਸਟੇਜ 'ਤੇ, ਅਗਲੇ ਪੜਾਅ 'ਤੇ ਗੱਲ ਆ ਕੇ ਆਉਂਦੀ ਆ, ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਉਸ ਵੇਲੇ ਦੇ ਲੋਕਾਂ ਨੂੰ ਕਿ ਇਹਨਾਂ ਸ਼ਕਤੀਆਂ ਦੇ ਪਿੱਛੇ ਕੋਈ ਹੋਰ ਸ਼ਕਤੀ ਆ ਜਿਹੜੀ ਇਹ ਸਭ ਕਾਸੇ ਨੂੰ ਚਲਾ ਰਹੀ ਆ, ਕਿਉਂਕਿ ਉਹਨਾਂ ਨੂੰ ਉਸ ਵੇਲੇ ਤੱਕ ਅਜੇ ਇੰਨੀ ਸਮਝ ਨਹੀਂ ਸੀ ਆਈ, ਕੋਈ ਸੋਚ ਇੰਨੀ ਡਿਵੈਲਪ ਨਹੀਂ ਸੀ, ਕੋਈ ਸਮਝ ਸਕਦੇ ਰਾਤੋ ਰਾਤ ਹੜ੍ਹ ਕਿਉਂ ਆ ਜਾਂਦੇ ਆ, ਅਚਾਨਕ ਅੱਗ ਕਿਉਂ ਲੱਗ ਜਾਂਦੀ ਆ, ਜਾਂ ਭੂਚਾਲ ਕਿਉਂ ਆ ਜਾਂਦਾ ਹੈ। ਫਿਰ ਉਹਨਾਂ ਨੂੰ ਹੋਰ ਜਿਹੜੀ ਸ਼ਕਤੀ ਇਹਦੇ ਪਿੱਛੇ ਲੱਗਣ ਲੱਗ ਗਈ, ਅਤੇ ਉਹਨਾਂ ਨੇ ਉਹਦੇ ਵੀ ਜਿਵੇਂ ਇਹਨਾਂ ਦੀ ਪੂਜਾ ਕਰਦੇ ਸੀ ਉਸੇ ਤਰ੍ਹਾਂ ਉਹਨਾਂ ਦੀ ਪੂਜਾ ਵਰਗਾ ਹੀ ਇੱਕ ਰੂਪ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਤੇ ਵੈਦਿਕ ਜਦੋਂ ਖਤਮ ਹੁੰਦਾ, ਵੈਦਿਕ ਕਾਲ, ਉਦੋਂ ਤੱਕ ਪੁਜਾਰੀਵਾਦ ਨਹੀਂ ਸੀ ਹੈਗਾ। ਧਰਮ ਮੈਂ ਸਮਝਦਾ ਉਦੋਂ ਸ਼ੁਰੂ ਹੁੰਦਾ ਜਦੋਂ ਪੁਜਾਰੀਵਾਦ ਸ਼ੁਰੂ ਹੁੰਦਾ, ਉਹਨਾਂ ਚਿਰ ਇੱਕ ਵਿਚਾਰਧਾਰਾ ਹੁੰਦੀ ਆ, ਉਹ ਭਾਵੇਂ ਕਿਸੇ ਵੀ, ਅੱਜ ਕੱਲ੍ਹ ਧਰਮ ਦੇ ਨਾਂ 'ਤੇ ਚੱਲਦੀ ਆ, ਕਿਸੇ ਵੀ ਧਰਮ ਦਾ ਨਾਂ ਲੈ ਲਓ, ਭਾਵੇਂ ਉਹ ਇਸਲਾਮ ਹੋਵੇ, ਈਸਾਈ ਹੋਵੇ, ਸਿੱਖ ਧਰਮ ਹੋਵੇ, ਬੁੱਧ ਹੋਵੇ, ਉਹ ਇੱਕ ਵਿਚਾਰਧਾਰਾ ਹੁੰਦੀ ਆ। ਅਤੇ ਜਦੋਂ ਵਿਚਾਰਧਾਰਾ ਪੁਜਾਰੀਆਂ ਦੇ ਹੱਥ ਆਉਂਦੀ ਆ, ਜਦੋਂ ਧਰਮ ਸਥਾਨਾਂ 'ਚ ਵੜ ਜਾਂਦੀ ਆ, ਉਦੋਂ ਉਹ ਧਰਮ ਬਣ ਜਾਂਦੀ ਆ, ਉਹਦੇ ਨਾਲ ਕਰਮਕਾਂਡ ਜੁੜ ਜਾਂਦੇ ਆ, ਉਦੋਂ ਹੀ ਬਾਕੀ ਸਾਰਾ ਕੁਝ ਉਹਦੇ ਵਿੱਚ ਦਾਖਲ ਹੋਣਾ ਸ਼ੁਰੂ ਹੁੰਦਾ ਹੈ, ਜਦੋਂ ਉਹ ਸਮਾਜਿਕ ਰੂਪ ਧਾਰਦੀ ਆ ਇੰਡੀਵਿਜੁਅਲ ਤੋਂ। ਜਿੰਨਾ ਚਿਰ ਉਹ ਹੀ ਵਿਚਾਰਧਾਰਾ ਇੰਡੀਵਿਜੁਅਲ ਮੰਨ ਰਿਹਾ ਆਪਣੇ ਘਰ 'ਚ, ਜਿਵੇਂ ਮਰਜ਼ੀ ਕੋਈ ਪੂਜਾ ਕਰੇ ਨਾ ਕਰੇ, ਉਹਨੂੰ ਉਹਦਾ ਨਾ ਕਰ, ਉਹਦੇ ਕੋਈ ਬਾਹਰਲੀਆਂ ਤਾਕਤਾਂ ਉਹਨੂੰ ਕਰਪਟ ਨਹੀਂ ਕਰ ਸਕਦੀਆਂ। ਜਦੋਂ ਆ ਕੇ ਇੱਧਰ ਵੜਦੀ ਆ ਤਾਂ ਫਿਰ ਉਹ ਕਰਪਸ਼ਨ ਸ਼ੁਰੂ ਹੋ ਜਾਂਦੀ ਆ। ਡਾਕਟਰ ਬਲਜਿੰਦਰ ਸਿੰਘ ਜੀ, ਜਿਸ ਤਰ੍ਹਾਂ ਧਰਮ ਅਤੇ ਰਾਜਨੀਤੀ ਦਾ ਜਿਹੜਾ ਸੁਮੇਲ ਹੈ ਉਹ ਬੜਾ ਪੁਰਾਣਾ ਰਿਸ਼ਤਾ ਹੈ ਜੇ ਦੇਖਿਆ ਜਾਵੇ, ਭਾਵੇਂ ਉਹ ਤੁਸੀਂ ਜਿਹੜਾ ਇਸ ਖਿੱਤੇ ਦੀ ਗੱਲ ਕਰ ਲਓ ਜਾਂ ਕ੍ਰਿਸਚੀਅਨਿਟੀ ਦੀ ਗੱਲ ਕਰ ਲਓ, ਪੁਰਾਤਨ ਬੁੱਧਿਜ਼ਮ ਦੀ ਗੱਲ ਕਰ ਲਓ, ਪੂਰ ਸਿਕੰਦਰ ਦੇ ਦੌਰ ਦੀ ਗੱਲ ਕਰ ਲਓ, ਚਾਣਕਿਆ ਇੱਕ ਧਾਰਮਿਕ ਆਗੂ ਦੇ ਰੂਪ ਦੇ ਵਿੱਚ ਆਉਂਦਾ ਹੈ, ਮੌਰੀਆ ਵੰਸ਼, ਇਸ ਦੌਰਾਨ ਅੱਜ ਦੇ ਸੰਦਰਭ ਦੇ ਵਿੱਚ ਅਤੇ ਪਿਛਲੇ ਸੰਦਰਭ ਦੇ ਵਿੱਚ ਰਾਜਨੀਤੀ ਅਤੇ ਧਰਮ ਦਾ ਕੰਸੈਪਟ, ਖਾਸ ਕਰਕੇ ਜੇ ਸਿੱਖੀ 'ਚ ਦੇਖਿਆ ਜਾਵੇ, ਬੜਾ ਪਾਕ ਮੇਰੀ ਅਤੇ ਪੀਰੀ ਦਾ ਕੰਸੈਪਟ ਆਇਆ ਸੀਗਾ,
पर इस दौरान जो संसार के मुढ़ले धर्मों की गल करिए 2200-2300 साल की जिस तरह सानू हिस्टरी मिलती है उस तो बाद क्रिश्चियनिटी ने किस तरह शाही घराने पैदा हुए लोगों के जड़ा जोड़े पैदायश जिन्हों लोगों की उस घराने होंगी है उन्होंने मूहों निकले लफज जड़े ने वो कानून बन जाते हैं पोप है जोड़ा वह भी कितने ना कि समर्पित हो जाता है इंग्लैंड के शाही महलों ये जोड़ा कंसैप्ट है राजनीति दे तुसी विद्यार्थी हो डॉक्टर हो राजनीति ते धर्म के रिश्ते मेरे ख्याल नुकसान धर्म का ही हो ज़्यादा जिथों तक टवाणा साहब इस इतिहासिक प्रपेख नूं असीं विचारीए तां इह कहा जा सकदा है कि जदों भी राजनीतिकां ने धर्म का सहारा लेके अपनी राजनीति चलाउण दा यतन किया तां उहनां दा जिहड़ा मिशन सी उह सिर्फ ते सिर्फ अपनी सत्ता की स्थापना ते सत्ता नूं विस्थारित करना सी ते उहदे विच किसे भी तरह उह धर्म दे जिहड़ा कोई अगे लजाण की गल नहीं सी कर रहे ते धर्म के नाते लोगों नूं सिर्फ अपने हितों लई वरत्या जा रहा सी ते इस संबंध दे विच जदों असीं साडे सिख धर्म के फलसफे दे विच जिवें तुसीं मीरी ते पीरी दे फलसफे की गल कीती है साहिब श्री गुरु नानक देव जी दे समय तो बाद असीं इह कहांगे कि एक नवां मोड़ सी जदों गुरु नानक देव जी ने राजे जिहड़े कि लोगों उस समय के धर्म ते राजनीति दे विच रलगड करके लोगों का शोषण करते जा रहे थे जाए जगान बैठे सुते ठीक है पाप की जन लै काबलों ताया जोरी मंगे दान बे लालो सो इस तरह वंगार जिहड़ी दित्ती उस समय के शासकां नूं ਉਹ ਧਾਰਮਿਕ ਪੱਖ ਤੋਂ ਜਿਹੜੀ ਲਕਾਈ ਦੀ ਇੱਕ ਬਹੁਤ ਵੱਡੀ ਸੇਵਾ ਸੀ ਔਰ ਲਕਾਈ ਦੇ ਲਈ ਇੱਕ ਬੜਾ ਵੱਡਾ ਧਾਰਸ ਸੀ ਕਿਉਂਕਿ ਉਸ ਸਮੇਂ ਕਿ ਉਹਨਾਂ ਸ਼ਾਸਕਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਹੀ ਇੱਕ ਬੜੀ ਵੱਡੀ ਗੱਲ ਸੀ ਅਤੇ ਉਹ ਸ਼ਾਸਕ ਨੂੰ ਕੁੱਤੇ ਸ਼ਬਦ ਨਾਲ ਮੁਖਾਤਬ ਹੋ ਕੇ ਲਕਾਈ ਨੂੰ ਮੋਰਲੀ ਬਿਲਡਅਪ ਕਰਨ ਦੇ ਵਿੱਚ ਸਿੱਖ ਧਰਮ ਹੈ ਜਿਹੜਾ ਉਹਨੇ ਕਾਫ਼ੀ ਵੱਡਾ ਯੋਗਦਾਨ ਦਿੱਤਾ ਹੈ ਬਿਲਕੁਲ ਧਰਮ ਦਾ ਜੇ ਕੁੰਡਾ ਰਾਜਨੀਤੀ 'ਤੇ ਰਹੇ ਤਾਂ ਬਿਹਤਰ ਹੈ ਪਰ ਜਦੋਂ ਧਰਮ ਅਤੇ ਰਾਜਨੀਤੀ ਇੱਕ ਦੂਸਰੇ ਦੇ ਪੂਰਕ ਹੋ ਗਏ ਨੇ ਅਤੇ ਉੱਥੇ ਫਿਰ ਗਰਕਣ ਆਮ ਸਮਾਜ ਦੀ ਹੈ ਸ਼ੋਸ਼ਣ ਲੋਕਾਂ ਦਾ ਹੁੰਦਾ ਆਇਆ ਹਾਂਜੀ ਇਸ ਦੌਰਾਨ ਓਖਲਾ ਸਾਹਿਬ ਜੇ ਵੇਖਿਆ ਜਾਵੇ ਪਿਛਲੇ ਸਮੇਂ ਇਹ ਜਿਹੜਾ ਆਸੂ ਮੱਲ ਸੀ ਹਾਲਿਆਂ ਦੇ ਵਕਤ ਪਾਕਿਸਤਾਨ ਤੋਂ ਆਇਆ ਅਜਮੇਰ ਸ਼ਰੀਫ ਦਰਗਾਹ ਤੱਕ ਇਹ ਤਾਂਗਾ ਚਲਾਉਂਦਾ ਰਿਹਾ ਉੱਥੇ ਵੱਡੀ ਤਾਦਾਦ 'ਚ ਸ਼ਰਧਾਲੂਆਂ ਨੂੰ ਢੋਂਦਾ ਰਿਹਾ ਕਿਤੇ ਨਾ ਕਿਤੇ ਕੀੜਾ ਆਇਆ ਇਹ ਤਾਂਗੇ 'ਚ ਕੀ ਹੈ ਧਰਮ ਦੀ ਕੋਈ ਦੁਕਾਨ ਖੋਲੋ ਉਸ ਤੋਂ ਬਾਅਦ ਇਸਨੇ ਧਰਮ ਜਿਹੜਾ ਹੈਗਾ ਦੀਕਸ਼ਾ ਲਈ ਚਾਹ ਵੇਚੀ ਸ਼ਰਾਬ ਵੇਚੀ 10,000 ਕਰੋੜ ਦਾ ਮਾਲਕ ਆਸਾਰਾਮ ਬਣ ਗਿਆ ਅਮੈਰੀਕਨ ਕੰਪਨੀਆਂ 'ਚ 150 ਕਰੋੜ ਰੁਪਏ ਇਸਨੇ ਇਨਵੈਸਟ ਕੀਤਾ 400 ਟਰੱਸਟ ਨੇ ਮਾਇਆ ਇੰਨੀ ਹੈ ਅਗਰੀ ਦੀ ਅੱਗ ਲਾਇਆ ਨਹੀਂ ਮੁੱਕਦੀ ਪਾਣੀ ਦੀ ਕਿੱਲਤ ਸੀ ਮਹਾਰਾਸ਼ਟਰ ਦੇ ਵਿੱਚ ਇਹ ਵਾਟਰ ਕੈਨਨ ਨਾਲ ਸ਼ਰਧਾਲੂਆਂ ਤੇ ਪਾਣੀ ਦੀ ਹੋਲੀ ਖੇਡ ਰਿਹਾ ਸੀ ਮੀਡੀ ਨੇ ਉਜ਼ਰ ਕੀਤਾ ਕਹਿੰਦਾ ਰੱਬ ਮੇਰਾ ਯਾਰ ਆ ਜਦੋਂ ਮਰਜ਼ੀ ਮੀਂਹ ਪਵਾ ਲਓ ਸੋ ਇਸ ਦੌਰਾਨ ਇਹ ਜਿਹੜਾ ਸਿਲਸਿਲਾ ਸੀਗਾ ਇਹਦਾ ਖਾਸ ਕਰਕੇ ਇਸ ਦੇ ਆਸ਼ਰਮ ਦੇ ਵਿੱਚ ਜਿਸ ਤਰ੍ਹਾਂ 2008 ਦੇ ਵਿੱਚ ਦੋ ਬੱਚਿਆਂ ਦਾ ਮਰਡਰ ਹੁੰਦਾ ਹੈ ਉਹਨਾਂ 'ਤੇ ਮੰਨਿਆ ਜਾਂਦਾ ਕਿ ਤੰਤਰਕ ਵਿੱਦਿਆ ਦੇ ਜਿਹੜੇ ਨੇ ਸਬੂਤ ਮਿਲੇ ਨੇ ਉਹਨਾਂ ਦੀ ਦੇਹਾਂ ਦੇ ਨਾਲ ਤੰਤਰਕ ਵਿੱਦਿਆ ਕੀਤੀ ਗਈ ਹੈ ਉਸ ਤੋਂ ਬਾਅਦ ਮੋਦੀ ਸਾਹਿਬ ਇਹਦੇ ਬਹੁਤ ਖਾਸ ਸੀ CM ਸੀਗੇ ਜਦੋਂ ਗੁਜਰਾਤ ਦੇ ਅਤੇ ਮੋਦੀ ਸਾਹਿਬ ਨੂੰ ਜਾਂਚ ਬਿਠਾਉਣੀ ਪਈ ਵਿਰੋਧ ਇੰਨਾ ਹੋਇਆ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਵੇਖ ਕੇ ਇਹ ਤੰਤਰਕ ਵਿੱਦਿਆ ਦੀ ਭੇਂਟ ਚੜ੍ਹੇ ਨੇ ਲੋਕ ਇਸ ਦੌਰਾਨ ਫਿਰ ਇਹਨੇ ਮੋਦੀ ਨੂੰ ਭਸਮ ਕਰਨ ਦੀ ਧਮਕੀ ਦਿੱਤੀ ਅਤੇ ਮੋਦੀ ਨੇ ਵੀ ਕਿਤੇ ਨਾ ਕਿਤੇ ਮੁਖਾਲਫਤ ਇਹਦੀ ਡੱਟ ਕੇ ਕੀਤੀ ਅੱਜ ਜਿਹੜੇ ਫੈਸਲੇ ਆਏ ਨੇ ਜਿਸ ਤਰ੍ਹਾਂ ਮੋਦੀ ਸਰਕਾਰ ਖੁਦ ਆਸਫਾਂ ਬਲਾਤਕਾਰ ਮਰਡਰ ਕੇਸ ਦੇ ਵਿੱਚ ਘਿਰੀ ਹੈ ਹੋਰ ਕਈ ਮਾਮਲੇ ਆਉਂਦੇ ਨੇ ਜੁਡੀਸ਼ਰੀ ਆਲਰੇਡੀ ਘਿਰੀ ਹੋਈ ਹੈ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਸਾਹਿਬ ਘਿਰੇ ਨੇ ਕਈ ਮਾਮਲਿਆਂ 'ਚ ਕਿ ਸਰਕਾਰ ਦੇ ਨਾਲ ਇਹਨਾਂ ਦੀ ਸਾਂਢ ਗਾਂਢ ਚੱਲ ਰਹੀ ਹੈ ਭਾਵੇਂ ਮਹਾਂਯੋਗ ਕੈਂਸਲ ਹੋ ਗਿਆ ਕਾਂਗਰਸ ਦਾ ਪਰ ਫਿਰ ਵੀ ਜਿਹੜੇ ਦੋ ਜੱਜਾਂ ਦੀ ਜਨਤਕ ਹੋਈ ਹੈ ਰਿਪੋਰਟ ਜੋ ਕਹਿ ਰਹੇ ਨੇ ਕਿ ਫੁੱਲ ਬੈਂਚ ਸੁਣਵਾਈ ਹੋਣੀ ਚਾਹੀਦੀ ਹੈ ਦੀਪਕ ਮਿਸ਼ਰਾ ਸਾਹਿਬ ਦੀ ਰੋਸ਼ਨੀ ਇੱਕ ਪਾਸੇ ਨੂੰ ਜਾਂਦੀ ਹੈ ਇਸ ਦੌਰਾਨ ਇਹ ਜਿਹੜਾ ਫੈਸਲਾ ਕਿਤੇ ਨਾ ਕਿਤੇ ਸਰਕਾਰ ਦੀ ਵੀ ਮਜਬੂਰੀ ਸੀ ਇਸ ਨੂੰ ਤਾੜਨਾ ਕਿਉਂਕਿ ਜਿਵੇਂ 5 ਸਾਲ ਤੋਂ ਇਹਦੀ ਜ਼ਮਾਨਤ ਨਹੀਂ ਹੋਈ ਖੁਲਾਸਾ ਜੇ ਆਪਾਂ ਅਰਜੈਂਟ ਕਾਰਨ ਨਾਲ ਜਾਂਦੇ ਹਾਂ ਤਾਂ ਉਹ ਦੋ ਤਰ੍ਹਾਂ ਦੇ ਕਾਰਨ ਆ ਇੱਕ ਪੋਲੀਟੀਕਲ ਕਾਰਨ ਦੇ ਨਾਲ ਨਾਲ ਧਾਰਮਿਕ ਕਾਰਨ ਵੀ ਨੇ ਜਦੋਂ ਵੀ ਕਿਤੇ ਹਿੰਦੂ ਧਰਮ ਦੇ ਵੱਡੇ ਜਿਹੜੇ ਮੰਦਰ ਆ ਸ਼ੰਕਰਾਚਾਰੀਆ ਵਾਲੇ ਹੋਰ ਉਹਨਾਂ ਦੇ ਪੈਰਲਲ ਕੋਈ ਇਸ ਤਰ੍ਹਾਂ ਦਾ ਡੇਰਾ ਖੜਾ ਹੋ ਜਾਂਦਾ ਹੈ
ਸਾਈਂ ਬਾਬੇ ਵਾਲੇ ਦੀ ਉਹਨਾਂ ਦੇ ਬੜੀ ਮੁਖਾਲਫਤ ਕੀਤੀ ਉਹਨਾਂ ਨੇ, ਕਿਉਂਕਿ ਉਹਨਾਂ ਦਾ ਅਰਬਾਂ ਰੁਪਈਆਂ ਦਾ ਚੜਾਵਾ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ ਸੀ। ਜਿਵੇਂ ਜਿਵੇਂ ਸਰਸੇ ਵਾਲਾ ਉੱਪਰ ਸ਼ੰਕਰਾਚਾਰੀਆ ਜ਼ੀਰੋ ਹੋ ਗਏ ਤੇ ਅਖਾੜਾ ਪਰਿਸ਼ਦ ਜ਼ੀਰੋ ਹੋ ਗਈ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਪ੍ਰਚਾਰਕ ਹਾਈਟੈਕ ਬਾਬੇ ਨੇ ਇਹ ਟੌਪ ਤੇ ਹੋ ਗਏ, ਇਹ ਟੌਪ ਤੇ ਹੋ ਗਏ। ਉਹਨਾਂ ਦਾ ਅਰਬਾਂ ਰੁਪਈਆਂ ਦਾ ਚੜਾਵਾ ਜਿਹੜਾ ਸਾਈਂ ਬਾਬੇ ਦੇ ਮੰਦਰਾਂ 'ਚ ਜਾਣ ਲੱਗ ਗਿਆ, ਉਹਨਾਂ ਨੂੰ ਇਹ ਪਛਤ ਨਹੀਂ ਸੀ ਲੱਗਿਆ। ਔਰ ਸ਼ੰਕਰਾਚਾਰੀਆ ਨੇ ਤੇ ਉਹਨਾਂ ਦੇ ਹੋਰ ਸਪੋਰਟਰਾਂ ਨੇ ਸਾਈਂ ਬਾਬਾ ਦਾ ਬਹੁਤ ਜ਼ਿਆਦਾ ਵਿਰੋਧ ਕਰਿਆ, ਉਹਨਾਂ ਦੀਆਂ ਮੂਰਤੀਆਂ ਵੀ ਚੁੱਕ ਲਈਆਂ, ਉੱਥੋਂ ਚਕਾਤੀਆਂ, ਮੰਦਰਾਂ ਦੇ ਕਬਜ਼ੇ ਵੀ ਹੋਏ। ਇਸ ਤੋਂ ਬਾਅਦ ਸਰਸੇ ਵਾਲੇ ਦੀ ਵਾਰੀ ਆਉਂਦੀ ਹੈ। ਨੀਤੇ ਹਾਲਾਂਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਈਂ ਬਾਬਾ ਦੇ ਚਰਨਾਂ 'ਚ ਖੜੇ ਨੇ, ਤੁਸੀਂ ਇਹ ਸਰਸੇ ਹੋ ਗਿਆ ਇਸੇ ਤਰ੍ਹਾਂ। ਡਾਕਟਰ ਸਾਹਿਬ ਮੇਰੇ ਕੋਲ ਕੁਝ ਕਹਿਣਾ ਚਾਹੁੰਦੇ ਨੇ? ਦੇਖੋ ਟਵਾਣਾ ਦੀ ਜਿੱਥੋਂ ਤੱਕ ਸੰਤ ਦਾ ਫਲਸਫਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਸਿੱਖ ਮਤ ਦੇ ਵਿੱਚ ਸੰਤ ਦੀ ਅਵਸਥਾ ਜਿਹੜੀ ਬਹੁਤ ਉੱਚੀ ਹੈ, ਪਰ ਜੋ ਅੱਜ ਅਸੀਂ ਭਾਰਤ ਦੇ ਵਿੱਚ ਵੇਖ ਰਹੇ ਹਾਂ ਤਾਂ ਉਹ ਤੋਂ ਤਾਂ ਇਹਨੂੰ ਮਹਿਸੂਸ ਹੋਣ ਲੱਗ ਗਿਆ ਕਿ ਸੰਤ ਦੀ ਜਿਹੜੀ ਅਵਸਥਾ ਸੀ ਉਹਦੀ ਦੁਰਵਰਤੋਂ ਕੀਤੀ ਜਾ ਰਹੀ। ਉਹ ਤਾਂ ਡਾਕਟਰ ਸਾਹਿਬ ਗੁਰਬਾਣੀ ਨੇ ਉਦੋਂ ਹੀ ਸਪਸ਼ਟ ਕਹਿ ਦਿੱਤਾ ਜਦੋਂ ਸੰਤ ਕਾ ਮਾਰਗ ਧਰਮ ਕੀ ਪੌੜੀ ਨਾਲ ਹਰ ਕੇ ਸੰਤ ਨਾ ਕੀ ਬਨਾਰਸ ਕੇ ਠੱਗ, ਉਹ ਵੀ ਉਦੋਂ ਹੀ ਆ ਗਿਆ ਕਨਸੈਪਟ। ਹਾਂਜੀ ਹਾਂਜੀ ਜੀ ਜੀ ਹਾਂਜੀ। ਉਸ ਤੋਂ ਬਾਅਦ ਸਰਸੇ ਵਾਲੇ ਦੀ ਵਾਰੀ ਆਉਂਦੀ ਆ ਤੇ ਇਹਨਾਂ ਦੀ ਵਾਰੀ ਆ ਜਾਂਦੀ ਆ ਆਸਾਰਾਮ ਦੀ, ਰਾਮ ਗੋਪਾਲ ਦੀ, ਕਿਉਂਕਿ ਇਹ ਸਾਰੇ ਹੌਲੀ ਹੌਲੀ ਉਧਰ ਨੂੰ ਨਿਖੜ ਰਹੇ ਸੀ। ਪਰ ਜੇ ਇਹਨਾਂ ਦੀ ਬੈਕਗ੍ਰਾਉਂਡ 'ਚ ਜਾਈਏ ਤਾਂ ਸਾਡੇ ਮਾਡਲ ਕੌਣ ਨੇ? ਉਹ ਰਿਸ਼ੀ ਜਿਨ੍ਹਾਂ ਨੂੰ ਪੂਜਿਆ ਜਾਂਦਾ, ਜਿਨ੍ਹਾਂ ਨੂੰ ਮੰਨਿਆ ਜਾਂਦਾ, ਉਹ ਰਿਸ਼ੀ ਜਿਹੜੇ ਆਪਣੀਆਂ ਧੀਆਂ 'ਤੇ ਮੋਹਿਤ ਹੋ ਜਾਂਦੇ ਆ, ਉਹ ਰਿਸ਼ੀ ਜਿਹੜੇ ਮਲਾਹਾਂ ਦੀਆਂ ਬੇਟੀਆਂ ਨਾਲ ਰੇਪ ਕਰ ਜਾਂਦੇ ਆ, ਉਹ ਦੇਵਤੇ ਜਿਹੜੇ ਦੂਜਿਆਂ ਦੀਆਂ ਘਰ ਵਾਲੀਆਂ 'ਤੇ ਮਾੜੀ ਨਜ਼ਰ ਰੱਖਦੇ ਆ, ਉਹਦਾ ਕਹਿੰਦੇ ਚੰਦ ਦੇ ਥੋਕਿਆਂ ਮੂੰਹ 'ਤੇ ਡਿੱਗਦੇ, ਪਰ ਚੰਦਰਮਾ ਨੇ ਤਾਂ ਆਪ ਕੀ ਕੁਛ ਕੀਤਾ। ਉਹ ਸਾਡੇ ਰੋਲ ਮਾਡਲ ਆ। ਹੁਣ ਉਹਨਾਂ ਦੇ ਜਿਹੜੇ ਉਹਨਾਂ ਦੇ ਪਿੱਛੇ ਚੱਲ ਰਹੇ ਆ, ਉਹਨਾਂ ਦੀ ਪੂਜਾ ਕਰ ਰਹੇ ਆ ਤੇ ਲੋਕਾਂ ਕੋਲੋਂ ਕਰਵਾ ਰਹੇ ਆ, ਉਹਨਾਂ ਤੋਂ ਕੀ ਆਸ ਰੱਖ ਸਕਦੇ ਹੋ ਤੁਸੀਂ? ਜਿਸ ਤਰ੍ਹਾਂ ਵੈਦਿਕ ਪੀਰੀਅਡ ਸੀਗਾ ਜਿਹੜਾ, ਉਦੋਂ ਵਰਣ ਵੰਡ ਵੀ ਕਿੱਤਿਆਂ ਦੇ ਹਿਸਾਬ ਨਾਲ ਸੀ, ਬਿਲਕੁਲ, ਫਿਰ ਵਰਣ ਵੰਡ ਜਾਤ ਆਧਾਰਿਤ ਹੋ ਗਈ। ਜਿਹੜਾ ਵੈਦਿਕ ਪੀਰੀਅਡ ਦੇ ਵਿੱਚ ਪੁਜਾਰੀ ਦਾ ਕਨਸੈਪਟ ਨਹੀਂ ਸੀ, ਜਿਸ ਤਰ੍ਹਾਂ ਤੁਸੀਂ ਆਪਣੀਆਂ ਚਾਰ ਕਿਤਾਬਾਂ 'ਚ ਵੀ ਲਿਖਿਆ ਕਿ ਜਦੋਂ ਉਪਨਿਸ਼ਦ ਆਏ ਉਦੋਂ ਫਿਰ ਵਿਅਕਤੀ ਵਿਸ਼ੇਸ਼ ਗੁਰੂ ਬਣਿਆ, ਉਪਨਿਸ਼ਦਾਂ ਵਕਤ ਪੁਜਾਰੀਵਾਦ ਆਇਆ, ਵੈਦਿਕ ਪੀਰੀਅਡ ਕਾਫੀ ਬੈਟਰ ਸੀਗਾ ਸੋਸਾਇਟੀ ਵਾਸਤੇ। ਉਸ ਲੈਵਲ ਜਿੰਨੀ ਕੁ ਸੋਚ ਉਸ ਲੈਵਲ 'ਤੇ ਲੋਕਾਂ ਦੀ ਸੀਗੀ ਉਹਦੇ ਹਿਸਾਬ ਨਾਲ ਉਹੀ ਕੁਝ ਹੋਣਾ ਸੀ, ਅਤੇ ਉਹ ਨਾ ਜ਼ਿਆਦਾ ਹੱਕ 'ਚ ਸੀ ਨਾ ਜ਼ਿਆਦਾ ਨੁਕਸਾਨ 'ਚ ਸੀ। ਉਹ ਕਿਤੇ ਵੀ ਰੜੇ ਥਾਂ ਬਹਿੰਦੇ ਸੀ ਅਤੇ ਆਪਣਾ ਉਹ ਜੋ ਉਹਨਾਂ ਨੂੰ ਚੰਗਾ ਲੱਗਦਾ ਸੀ ਅੱਗ ਬਾਲ ਲਈ, ਉੱਥੇ ਕੋਈ ਬਲੀ ਦੇ ਕੇ ਉਹੀ ਮੁੜ ਕੇ ਮੀਟ ਖਾਣਾ, ਖਾਣਾ ਤਾਂ ਹੈਗਾ ਹੀ ਸੀ, ਜੇ ਝੋਟਾ ਵੱਢਿਆ ਗਾਂ ਮੱਝ ਵੱਢੀ ਆ ਤਾਂ ਖਾਣੀ ਆ, ਤਾਂ ਉਹੀ ਉਹਨਾਂ ਨੇ ਬਾਅਦ 'ਚ ਖਾਲੀ ਭੋਜਨ ਵੀ ਕਰ ਲਿਆ ਅਤੇ ਰੱਬ ਦਾ ਨਾਂ ਵੀ ਲੈ ਲਿਆ, ਜੋ ਉਹਨਾਂ ਨੇ ਯੂਨਿਟੀ ਦਾ, ਕਿਉਂਕਿ ਛੋਟੇ ਛੋਟੇ ਕਬੀਲੇ ਸੀਗੇ ਅਤੇ ਸਾਰਾ ਕਬੀਲਾ ਇੱਕ ਮੱਝ ਨੂੰ ਨਹੀਂ ਖਾ ਸਕਦਾ, ਇੱਕ ਘੋੜੇ ਨੂੰ ਇਕੱਲਾ ਬੰਦਾ ਨਹੀਂ ਖਾ ਸਕਦਾ, ਉਹ ਫਿਰ ਸਾਰੇ ਕਬੀਲੇ ਇਕੱਠੇ ਹੋ ਗਏ ਖਾਣਾ ਸ਼ਿਕਵੇ ਦੂਰ ਹੋ ਜਾਂਦੇ ਸੀ, ਨਾਲੇ ਉਹ ਬਹਿ ਕੇ ਪਾਰਟੀ ਟਾਈਮ ਹੋ ਜਾਂਦਾ। ਉਹ ਟਾਈਮ ਸੀ ਜਦੋਂ ਧਾਰਮਿਕ ਆਗੂ, ਸਮਾਜਿਕ ਆਗੂ ਅਤੇ ਸੈਨਾਪਤੀ ਇੱਕੋ ਹੀ ਬੰਦਾ ਸੀ ਜਿਹੜਾ ਕਬੀਲੇ ਦਾ ਹੈੱਡ ਹੁੰਦਾ ਸੀ, ਮੁਖੀ ਸੀ ਜਿਹੜਾ ਮੁਖੀ ਸੀ। ਜਦੋਂ ਕਬੀਲੇ ਵੱਡੇ ਹੋਣ ਲੱਗੇ, ਜਦੋਂ ਡਿਵੈਲਪਮੈਂਟ ਹੋਈ ਆ ਸ਼ੁਰੂ, ਮਟੀਰੀਅਲ ਡਿਵੈਲਪਮੈਂਟ ਹੋਈ ਆ, ਉਦੋਂ ਬਾਅਦ ਫਿਰ ਜੋ ਰਾਜਾਸ਼ਾਹੀ ਸ਼ੁਰੂ ਹੋਣ ਲੱਗਦੀ ਆ, ਉਦੋਂ ਜਿਹੜੇ ਆ ਧਰਮ ਜ਼ਬਰਦਸਤੀ ਕੀਤਾ ਜਾਣ ਲੱਗਿਆ, ਕਿਉਂਕਿ ਰਾਜਿਆਂ ਨੂੰ ਇਹ ਲੱਗਦਾ ਸੀ ਜਿਹੜਾ ਵੀ ਬੰਦਾ ਡਾਕੂ ਸੀ ਇੱਕ ਤਰ੍ਹਾਂ ਦੇ, ਉਹ ਰਾਜੇ ਤਾਂ ਨਹੀਂ ਕਹਿ ਸਕਦੇ ਆਪਾਂ ਅੱਜ ਵਰਗੇ, ਉਹ ਡਕੈਤੀ ਸੀਗੇ, ਜ਼ਾਲਮ ਸੀਗੇ। ਉਹਨਾਂ ਨੂੰ ਲੱਗਦਾ ਵੀ ਜੇ ਮੇਰੀ ਪ੍ਰਜਾ ਦੇ ਵਿੱਚ ਸਾਰੇ ਮੇਰੇ ਹੀ ਧਰਮ ਵਾਲੇ ਹੋਣਗੇ ਤੇ ਬਗਾਵਤ ਨਹੀਂ ਹੋਊਗੀ, ਸਾਰਿਆਂ ਦੀ ਇੱਕੋ ਜਿਹੀ ਸੋਚ ਹੋਊਗੀ, ਤੇ ਉਹਨਾਂ ਨੇ ਇਸ ਕਨਸੈਪਟ ਨੂੰ ਲੈ ਕੇ ਬਹੁਤ ਸਾਰੇ ਥਾਵਾਂ 'ਤੇ ਜ਼ਬਰਦਸਤੀ ਉਹਨਾਂ ਨੂੰ ਆਪਣੇ ਧਰਮ 'ਚ ਰਲਾਉਣਾ ਸ਼ੁਰੂ ਕਰ ਦਿੱਤਾ, ਜਾਂ ਜਿੱਧਰ ਨੂੰ ਲੋਕਾਂ ਦਾ ਮੂਡ ਵੇਖਿਆ ਉਹ ਧਰਮ ਅਪਣਾ ਲਿਆ, ਤਾਂ ਕਿ ਲੋਕ ਵੀ ਉਹਨਾਂ ਨੂੰ ਆਪਣਾ ਸਮਝਣ ਲੱਗ ਜਾਣ ਅਤੇ ਉਹਦੇ ਨਾਲ ਚੱਲ ਪੈਣ। ਜਦੋਂ ਉਪਨਿਸ਼ਦਾਂ ਨੇ ਦੇ ਵਿੱਚ ਆ ਕੇ ਜਾਤ ਵਰਣ ਜਿਹੜੀ ਆ ਉਹ ਜਾਤ ਦੇ ਆਧਾਰ 'ਤੇ ਵਰਣ, ਜਿਹੜਾ ਵਰਗ ਵਰਣ ਜਿਹੜਾ ਸੀ ਕੰਮ ਵੰਡ ਸੀ ਉਹ ਜਾਤੀ ਹੋ ਗਈ, ਉਹਦੇ 'ਚ ਆਪ ਤੌਰ 'ਤੇ ਆਪਾਂ ਦੋ ਹੀ ਚਾਰ ਵਰਗ ਵਿਚਾਰਦੇ ਹਾਂ, ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਸ਼ੂਦਰਾਂ ਦੇ ਅੱਗੇ ਫਿਰ ਵਰਗ ਸੀਗੇ, ਸ਼ੂਦਰਾਂ 'ਚ ਇੱਕ ਅਨਟੱਚਬਲ ਸੀ ਜਿਹਨੂੰ ਅਛੂਤ ਕਿਹਾ ਜਾਂਦਾ ਸੀ, ਸ਼ੂਦਰਾਂ 'ਚ ਜਲਾਏ ਵੀ ਸੀਗੇ, ਕਾਰੀਗਰ ਵੀ ਸੀਗੇ, ਪਰ ਉਹਨਾਂ ਨੂੰ ਅਛੂਤ ਨਹੀਂ ਸੀ ਕਿਹਾ ਜਾਂਦਾ। ਜਿਹੜੇ ਗੰਦ ਚੁੱਕਣ ਵਾਲੇ ਸੀ, ਡੰਗਰ ਚੁੱਕਣ ਵਾਲੇ ਸੀ, ਉਹਨਾਂ ਦੇ ਹਵਾ ਵੀ ਨਹੀਂ ਸੀ ਲੱਗ ਸਕਦੀ, ਉਹਨਾਂ ਨੂੰ ਇੱਦਾਂ ਲਗਾਇਆ ਜਾਂਦਾ ਸੀ ਵੀ ਇਹਨਾਂ ਦੀ ਹਵਾ ਵੀ ਕਿਸੇ ਨੂੰ ਨਾ ਛੂਹ ਜਾਵੇ, ਅਤੇ ਉਹ ਆਮ ਤੌਰ 'ਤੇ ਉਹ ਸੀਗੇ ਜਿਹੜੇ ਦ੍ਰਾਵਿੜ ਲੋਕ ਸੀਗੇ, ਜਿਹੜੇ ਪੁਰਾਣੇ ਲੋਕ ਸੀ ਇੱਥੋਂ ਦੇ ਰਹਿਣ ਵਾਲੇ, ਜਿਹਨਾਂ ਨੂੰ ਦਾਸ ਬਣਾ ਕੇ ਰੱਖਿਆ ਗਿਆ ਸੀਗਾ। ਅਗਲੀ ਸਟੇਜ 'ਤੇ ਜਦੋਂ ਆਉਂਦਿਆਂ ਧਰਮ ਮੁੜ ਕੇ ਬੁੱਧ ਆਉਂਦਾ ਹੈ, ਜੈਨ ਆਉਂਦਾ ਹੈ, ਉਹਨਾਂ ਦਾ ਬੁੱਧ ਧਰਮ ਜੈਨ ਧਰਮ ਦਾ ਕਾਰਨ ਹੀ ਇਹ ਸੀ ਵੀ ਲੋਕ ਬਹੁਤ ਜ਼ਿਆਦਾ ਬ੍ਰਾਹਮਣਵਾਦ ਦੇ ਫਸ ਚੁੱਕੇ ਸੀਗੇ ਅਤੇ ਭੱਜਣ ਤਾਂ ਉਹਨਾਂ ਤੋਂ ਦੁਖੀ ਹੋ ਚੁੱਕੀ ਸੀ, ਅਤੇ ਮੈਂ ਇੱਥੋਂ ਤੱਕ ਸਮਝਦਾ ਵੀ ਜੇ ਅਸੀਂ ਇੰਨੀ ਵਾਰ ਗੁਲਾਮ ਹੋਏ ਹਾਂ ਨਾ,
ਬਾਹਰ ਵਾਲਿਆਂ ਦੇ ਭਾਵੇਂ ਮੁਸਲਾਂ ਦੇ ਮੁਗਲਮਾਨਾਂ ਦੇ ਭਾਵੇਂ ਤੁਰਕਾਂ ਦੇ ਭਾਵੇਂ ਅੰਗਰੇਜ਼ਾਂ ਦੇ ਅਤੇ ਉਹਦਾ ਰੀਜ਼ਨ ਵੀ ਇਹ ਜਾਤ ਵੰਡ ਸੀ, ਇਹ ਪੁਜਾਰੀਵਾਦ ਸੀ ਜਿਨ੍ਹਾਂ ਨੇ ਸਾਡਾ ਜਿਹੜਾ ਅੰਦਰਲੀ ਅਣਖ ਹੀ ਖਤਮ ਕਰਤੀ, ਸਾਨੂੰ ਪੁਨਰ ਜਨਮ ਦੇ ਚੱਕਰਾਂ 'ਚ ਪਾਤਾ, ਸਾਨੂੰ ਕਿਸਮਤ 'ਤੇ ਵਾਦ 'ਤੇ ਛੱਡਤਾ ਵੀ ਆਦਮੀ ਲੜਨ ਜੋਗੀ ਨਹੀਂ ਰਹੀ, ਚਲੋ ਲੜੇ ਵੀ ਅਤੇ ਕੌਣ ਲੜੇ, ਚਾਹ ਇੱਕ ਤਿਹਾਈ ਆਦਮੀ ਜਿਹੜੇ ਰਹਿ ਗਏ, ਤਿਹਾਈ ਵੀ ਨਹੀਂ 17% ਵੀ ਨਹੀਂ ਬਣਦੇ ਬ੍ਰਾਹਮਣ ਅਤੇ ਰਾਜਪੂਤ, ਬਾਕੀ ਸਾਰੇ ਤਾਂ ਐਂਟੀ ਆ ਜਿਨ੍ਹਾਂ ਨੂੰ ਰੋਜ਼ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ, ਲੁੱਟਿਆ ਜਾ ਰਿਹਾ, ਭੁੱਖੇ ਰੱਖਿਆ ਜਾ ਰਿਹਾ, ਉਹ ਉਹਨਾਂ ਦੀ ਸਪੋਰਟ ਕਿਵੇਂ ਕਰਨਗੇ? ਜਦੋਂ ਕੋਈ ਬਾਹਰੋਂ ਆਉਂਦਾ ਉਹ ਤਾਂ ਚਾਹੁੰਦੇ ਆ ਵੀ ਇਹਨਾਂ ਨੂੰ ਕੋਈ ਕੁੱਟੇ ਆ ਕੇ, ਫਿਰ ਬ੍ਰਾਹਮਣ ਟੱਲ ਵਜਾਈ ਜਾਂਦੇ ਆ, ਪੁਜਾਰੀ ਦੇ ਮੰਦਰਾਂ 'ਚ ਟੱਲ ਵਜਾ ਰਿਹਾ, ਇੱਥੇ ਮੇਰਾ ਮਤਲਬ ਬ੍ਰਾਹਮਣ ਜਾਤ ਤੋਂ ਨਹੀਂ ਗਾ, ਉਹ ਪੁਜਾਰੀ ਵਰਗ ਉਹ ਮੰਦਰਾਂ 'ਚ ਟੱਲ ਵਜਾ ਰਿਹਾ, ਉਹ ਲੜ ਦੂਗਾ ਨਹੀਂ, ਦੂਜਾ ਬੰਦਾ ਘੋੜੇ 'ਤੇ ਨਹੀਂ ਚੜ ਸਕਦਾ, ਹਥਿਆਰ ਨਹੀਂ ਰੱਖ ਸਕਦਾ, ਇਕੱਲੇ ਰਾਜਪੂਤ ਰਹਿ ਗਏ 7-8%, ਉਹ ਆਪਸ 'ਚ ਲੜ ਰਹੇ ਆ ਇੱਕ ਦੂਜੇ ਨਾਲ, ਇੱਕ ਦੂਜੇ ਬਾਹਰਲਿਆਂ ਨੂੰ ਜਾ ਕੇ ਸੁਣਿਆ ਦਿੰਦੇ ਵੀ ਆ ਜਾ ਫਲਾਣੇ 'ਤੇ ਚੜ੍ਹਾਈ ਕਰ, ਮੈਂ ਤੈਨੂੰ ਦੱਸਦਾ ਮੈਂ ਤੇਰੀ ਹੈਲਪ ਕਰਦਾ, ਫਿਰ ਅਸੀਂ ਗੁਲਾਮ ਨਹੀਂ ਹੋਵਾਂਗੇ ਤਾਂ ਕੀ? ਟੌਲਾ ਸਾਹਿਬ ਜਿਹੜਾ ਜਿਹੜੇ ਪ੍ਰਵਾਨਿਤ ਵਰਗ ਸੀਗੇ ਪਹਿਲਾਂ, ਭਾਵੇਂ ਉਹ ਸ਼ੰਕਰਾਚਾਰੀਆ ਹੋਣ ਜਾਂ ਸਿੱਖਾਂ ਦੇ ਵਿੱਚ ਜਥੇਦਾਰ ਹੋਣ, ਮੁਸਲਮਾਨਾਂ ਦੇ ਵਿੱਚ ਸੈਯਦ ਮੌਲਵੀ ਉਲੇਮਾ ਹੋਣ, ਇਹ ਮੁੱਢ ਕਦੀਮ ਤੋਂ ਇਹਨਾਂ ਦੀਆਂ ਰਿਲੀਜੀਅਸ ਪਦਵੀਆਂ ਨੇ, ਧਾਰਮਿਕ ਪਦਵੀਆਂ ਨੇ। ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਵੇਖਿਆ, ਈਵਨ ਸਿੱਖਾਂ ਦੇ ਵਿੱਚ ਵੀ ਜਿਹੜੇ ਸੰਤ ਦਾ ਅਹੁਦਾ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਬਾਅਦ ਸ਼ੁਰੂ ਹੁੰਦਾ, ਜਦੋਂ ਰਾਜਿਆਂ ਦੇ ਅਧੀਨ ਮਿਲਟਰੀ ਸੀ, ਅੰਗਰੇਜ਼ ਫੌਜ ਸੀ, ਉਹਨਾਂ ਨੇ ਧਾਰਮਿਕ ਜਿਹੜੇ ਪੁਜਾਰੀ ਸੀਗੇ, ਗ੍ਰੰਥੀ ਸੀ, ਉਹਨਾਂ ਨੂੰ ਸੰਤ ਦੇ ਤੌਰ 'ਤੇ ਪੇਸ਼ ਕੀਤਾ, ਕਿਰਪਾਨ ਛੱਡ ਕੇ, ਤਲਵਾਰ ਛੱਡ ਕੇ ਉਹਨਾਂ ਨੂੰ ਮਾਲਾ ਫੜਾਈ, ਈਵਨ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਜਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਤੱਕ ਸਿੱਖੀ 'ਚ ਕੋਈ ਸੰਤ ਨਹੀਂ। ਫਿਰ ਕਿਤੇ ਨਾ ਕਿਤੇ ਸਿੱਖਾਂ ਨੂੰ ਇਹ ਕਹਿ ਕੇ ਕਿ ਸ਼ਾਇਦ ਇਹ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ ਆਪਣਾ ਖੁੱਸਿਆ ਰਾਜ ਦਾ, ਕਿਤੇ ਇਹਨਾਂ ਨੂੰ ਫਿਰ ਹੇਰਵਾ ਨਾ ਹੋਵੇ, ਇਹ ਮੁੜ ਤਲਵਾਰ ਨਾ ਚੁੱਕਣ, ਉਹਨਾਂ ਦੇ ਲਈ ਫਿਰ ਉਹ ਰਿਲੀਜੀਅਸ ਸੰਤ ਬਣਾ ਕੇ ਮਿਲਟਰੀ ਦੇ ਵਿੱਚ ਉਹ ਸੰਤਾਂ ਦੇ ਪ੍ਰਵਚਨ ਸਿੱਖ ਫੌਜੀਆਂ ਨੂੰ ਧਰਮ ਕਰਮ ਦਾ ਮਾਰਗ ਹੀ ਦਿਖਾਉਣਾ, ਮਾਲਕ ਪ੍ਰਤੀ ਸਮਰਪਣ ਦੀ ਭਾਵਨਾ ਦਿਖਾਉਣੀ। ਇਹ ਨਹੀਂ ਕਿ ਜਿਹੜਾ ਸਿੱਖਾਂ ਦਾ ਰਾਜ ਭਾਗ ਹੈ ਅੰਗਰੇਜ਼ਾਂ ਨੇ ਦੱਬਿਆ, ਅੱਜ ਵੀ ਤੁਸੀਂ ਵੇਖੋ ਮਹਾਰਾਣੀ ਜਿੰਦਾ ਦੀਆਂ ਜਿਹੜੀਆਂ ਵਾਲੀਆਂ ਨੇ ਉਹ 1.63 ਕਰੋੜ ਦੀਆਂ ਲੁੱਟ ਅੱਜ ਵੀ ਹੋ ਰਹੀ ਹੈ, ਸਿੱਖਾਂ ਦੀ ਵੀ ਹੋ ਰਹੀ ਹੈ, ਸਿੱਖ ਵਿਰਾਸਤ ਦੀ ਵੀ ਹੋ ਰਹੀ ਹੈ, ਭਾਰਤ ਦੀ ਵੀ ਹੋ ਰਹੀ ਹੈ, ਉਹੀ ਸੌਥਵੀ ਨਿਲਾਮ ਘਰ, ਉਹੀ ਬੋਨਹੈਮ ਹੁਣ ਏਦਾਂ ਲੁੱਟ ਰਹੇ ਨੇ, ਤੇ ਪਰ ਸਾਨੂੰ ਅਜੇ ਵੀ ਲੱਗਦਾ ਅੰਗਰੇਜ਼ ਚੰਗੇ ਸੀ, ਸਾਡੇ ਲੋਕ ਮਾੜੇ ਸੀ, ਇੰਡੀਆ ਮਾੜਾ। ਖੈਰ, ਇਸ ਪੱਖੋਂ ਇਹ ਜਿਹੜਾ ਕਨਸੈਪਟ ਆਇਆ, ਜਿਹੜੇ ਧਾਰਮਿਕ ਆਗੂ ਸੰਤ ਬਣਾ ਕੇ ਪੇਸ਼ ਕੀਤੇ ਗਏ, ਪ੍ਰਚਾਰਕ ਬਣਾ ਕੇ ਪੇਸ਼ ਕੀਤੇ ਗਏ, ਰਿਸ਼ੀ ਮੁਨੀ ਬਣਾ ਕੇ ਪੇਸ਼ ਕੀਤੇ ਗਏ, ਇਹਦੇ 'ਚ ਮੇਰੇ ਖਿਆਲ ਰਾਜਨੀਤਿਕ ਲੋਕਾਂ ਦੀ ਪੈਦਾਇਸ਼ ਨੇ ਲੋਕ ਜ਼ਿਆਦਾ। ਮੈਂ ਜਾਤੀ ਤੌਰ 'ਤੇ ਸਮਝਦਾ ਕਿ ਜਿਸ ਤਰ੍ਹਾਂ ਜਿਸ ਸਪਿਰਟ ਦੇ ਨਾਲ ਖਾਲਸੇ ਦੀ ਸਿਰਜਣਾ ਹੋਈ ਸੀ, ਜਿਵੇਂ ਅਸੀਂ ਹੁਣੇ ਗੱਲ ਕੀਤੀ ਹੈ ਕਿ ਵਰਨਾਂ ਦੇ ਵਿੱਚ ਵੰਡ ਕੀਤੀ ਸੀ, ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਨ ਵੰਡ ਨੂੰ ਖਤਮ ਕਰਕੇ ਇੱਕ ਨਿਰੋਲ ਖਾਲਸ ਕੌਮ ਦੀ ਸਥਾਪਨਾ ਕੀਤੀ, ਅਤੇ ਉਸ ਜਧਾਰੂ ਕੌਮ ਦੇ ਹੱਥ ਦੇ ਵਿੱਚ ਤਲਵਾਰ ਫੜਾ ਕੇ ਉਹਨੂੰ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਲੜਨ ਦਾ ਇੰਨੀ ਸਮਰਥਾ ਅਤੇ ਉਹਨੂੰ ਬੁੱਧੀ ਬਖਸ਼ੀ ਕਿ ਉਸ ਸਮੇਂ ਦਾ ਜੇ ਅਸੀਂ ਵਰਤਾਂਤ ਵੇਖਦੇ ਹਾਂ ਕਿ ਇੱਕ ਸਿੰਘ ਸਭਾ ਲੱਖ ਨਾਲ ਲੜ ਰਿਹਾ ਹੈ, ਅਤੇ ਉਹਦੀ ਉਸ ਸਮਰਥਾ ਨੂੰ ਖਤਮ ਕਰਨ ਲਈ ਮੈਂ ਮਹਿਸੂਸ ਕਰਦਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਕਿ ਇੱਕ ਮਾਰਸ਼ਲ ਕੌਮ ਜੇ ਇਸੇ ਤਰੀਕੇ ਨਾਲ ਅੱਗੇ ਵੱਧਦੀ ਚਲੀ ਗਈ। ਬਿਲਕੁਲ, ਉਹ ਤਾਂ ਟੋਟਾ ਸਾਹਿਬ ਤੁਹਾਡੀ ਗੱਲ ਵਿਚਾਲਿਆ। ਦੇਖੋ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਮਹਾਰਾਜੇ ਵਾਲਾ ਰਾਜ ਹੈ ਜੀ, ਉਹਦੀਆਂ ਆਪਣੀਆਂ ਸੀਮਾਵਾਂ ਨੇ, ਆਪਣੀਆਂ ਅਜਾਸ਼ੀਆਂ ਨੇ, ਬਹੁਤ ਸਾਰਾ ਰਾਜਾ ਰੰਗ ਸੀ, ਸਭ ਧਰਮਾਂ ਦਾ ਉਹ ਪੂਜਕ ਸੀਗਾ, ਮਰਨ ਦੇ ਵਕਤ ਵੀ ਉਹਦੀ ਦੇਹ ਤੇ ਜਿਹੜਾ ਸਤੀ ਰੱਖੀ ਗਈ, ਸਤੀ ਦਾ ਕੰਸੈਪਟ ਹੈ। ਪਰ ਗੁਰਮਤ ਦੇ ਆਸ਼ੇ ਮੁਤਾਬਕ ਜਿਹੜਾ ਪਹਿਲਾ ਕਲਿਆਣਕਾਰੀ ਰਾਜ ਹੈ ਪੂਰੀ ਦੁਨੀਆ 'ਚ, ਉਹ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿਹਨੇ ਆਖਿਆ ਕਿ ਜ਼ਮੀਨ ਜ਼ਿਮੀਦਾਰਾਂ ਦੀ ਨਹੀਂ, ਕਾਸ਼ਤਕਾਰਾਂ ਦੀ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਗੁਰੂ ਆਸ਼ੇ ਮੁਤਾਬਕ ਕਲਿਆਣਕਾਰੀ ਰਾਜ ਸੀਗਾ, ਉਹ ਦਬਾ ਦਿੱਤਾ ਗਿਆ ਜਾਂ ਹਾਈਲਾਈਟ ਨਹੀਂ ਕਰ ਸਕੇ। ਸਾਡੀ ਬਦਕਿਸਮਤੀ ਹੈ, ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜ਼ਿਆਦਾ ਹਾਈਲਾਈਟ ਕਰਦੇ ਰਹੇ, ਉਸ ਦੀ ਬਜਾਏ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਖਾਸ ਕਰਕੇ ਸਿੱਖ ਧਰਮ ਤੇ ਸਿੱਖ ਹਿਸਟਰੀ ਦੇ ਵਿੱਚ ਇੱਕ ਮਿਸਾਲ ਸੀ ਕਲਿਆਣਕਾਰੀ ਰਾਜ ਦੀ, ਜਿਹੜਾ ਰਾਜਾ ਹੋ ਕੇ ਵੀ ਸਿੱਕਾ ਆਪਣਾ ਨਹੀਂ ਬਲਕਿ ਧਰਮ ਦੇ ਨਾਮ ਤੇ ਚਲਾ ਰਿਹਾ, ਗੁਰੂ ਨਾਨਕ ਦੇ ਨਾਮ ਤੇ ਸਿੱਕਾ ਚਲਾ ਰਿਹਾ, ਉਹ ਚੀਜ਼ ਅਸੀਂ ਹਾਈਲਾਈਟ ਨਹੀਂ ਕਰ ਸਕੇ, ਕਿਉਂਕਿ ਬੰਦਾ ਬਹਾਦਰ ਨੇ ਬਜਾਏ ਸ਼੍ਰੀ ਹਰਿਮੰਦਰ ਸਾਹਿਬ ਤੇ ਸੋਨਾ ਲਾਉਣ ਦੇ ਜਾਂ ਹੋਰ ਚੀਜ਼ਾਂ ਨੂੰ ਹਾਈਲਾਈਟ ਕਰਨ ਦੇ, ਉਹਨਾਂ ਨੇ ਵੀ ਜਿਹੜਾ
ਜਿਹੜਾ ਇਨਸਾਨ ਹੈ ਉਸ ਦੀ ਲੋੜ ਜ਼ਿਆਦਾ ਸਮਝੀ ਕਿ ਜ਼ਮੀਨ ਕਾਸ਼ਤਕਾਰ ਨੂੰ ਹੋਣੀ ਚਾਹੀਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਕਨਸੈਪਟ ਸੀ, ਉਹਨੇ ਜੋ ਕੁਛ ਹਾਈਲਾਈਟ ਕੀਤਾ, ਤੇ ਇਸ ਦੌਰਾਨ ਮੇਰਾ ਜਿਹੜਾ ਸਵਾਲ ਹੈ ਉਹ ਇਹ ਹੈ ਤੁਹਾਡੇ ਵੱਲ ਕਿ ਜਿਹੜਾ ਇਸ ਤਰ੍ਹਾਂ ਦੇ ਸੰਤ ਬਾਬੇ ਸਿੱਖੀ ਚ ਵੀ ਨੇ, ਡੇਰੇਦਾਰ ਸਿੱਖੀ ਚ ਵੀ ਨੇ, ਜੋ ਗੁਰੂ ਗ੍ਰੰਥ ਸਾਹਿਬ ਦੀ ਸਹਿਯੋਗ ਦੇ ਨਾਲ ਜਾਂ ਉਹਦੀ ਛਤਰਸ਼ਾਹ ਚ ਆਪਣਾ ਡੇਰਾ ਵੀ ਚਲਾਈ ਜਾਂਦੇ ਨੇ, ਚਲਾ ਰਹੇ ਨੇ, ਕਈ ਸਾਰੇ ਡੇਰੇ ਨੇ। ਹਾਂਜੀ, ਇਹ ਜਿਹੜਾ ਰਾਜਨੀਤੀ ਦੇ ਵਿੱਚ ਡੇਰਾਵਾਦ ਹੈ ਹਿੰਦੂਇਜ਼ਮ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ, ਪਾਕਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਧਾਰਮਿਕ ਡੇਰੇ ਨੇ, ਪਿੱਛੇ ਜੇ ਇੱਕ ਪਾਕਿਸਤਾਨੀ ਪੋਲੀਟੀਕਲ ਨੇ ਇੱਕ ਪੀਰ ਸਾਹਿਬਾਂ ਦੇ ਨਾਲ ਵਿਆਹ ਕਰਾਇਆ ਇਮਰਾਨ ਹੋਰਾਂ ਨੇ, ਸੋ ਇਹ ਮਤਲਬ ਰਾਜਨੀਤੀ ਦਾ ਇੱਕ ਨਵਾਂ ਫੰਡਾ ਹੈ। ਰਮਣਾ ਸਾਹਿਬ, ਰਾਜਨੀਤੀ ਦਾ ਨਵਾਂ ਫੰਡਾ ਵੀ ਆ, ਬੜਾ ਪੇਅਬਲ ਹੈ, ਇਹਨੂੰ ਪੇਅਬਲ ਸਮਝਾਂਗੇ ਕਿ ਇੱਕ ਪਾਸੇ ਸਾਡੇ ਰਾਜਸੀ ਨੇਤਾ ਉਹਨਾਂ ਡੇਰਿਆਂ 'ਤੇ ਜਾ ਕੇ ਲੋਕਾਂ ਨੂੰ ਇਹ ਮੈਸੇਜ ਦਿੰਦੇ ਨੇ ਕਿ ਅਸੀਂ ਬਹੁਤ ਧਾਰਮਿਕ ਸਹਿਣਸ਼ੀਲਤਾ ਵਾਲੇ ਵੀ ਹਾਂ ਅਤੇ ਧਰਮ ਦੇ ਵਿੱਚ ਪਰਪੱਕਤਾ ਵੀ ਰੱਖਦੇ ਹਾਂ, ਅਤੇ ਦੂਜੇ ਬੰਨੇ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਨੇ ਉਹ ਮਿਲਣ ਦੀ ਜਿਹੜੀ ਸੰਭਾਵਨਾ ਉਹ ਮੋਰ ਦੈਨ 100% ਹੀ ਹੋ ਜਾਂਦੀ। ਜੁਗਾੜਬਾਜ਼ੀ ਵੀ ਜਿਸ ਤਰ੍ਹਾਂ ਮੋਦੀ ਸਾਹਿਬ ਦੀ ਸਰਕਾਰ ਹੈ, ਹੁਣ ਰਾਮ ਰਹੀਮ ਸੀਗਾ ਜੀ, ਦੂਸਰਾ ਇਹ ਸੀ ਪਹਿਲਾਂ ਖਾਸ ਕਰਕੇ ਰਾਮਪਾਲ ਸੀ ਜਿਹੜਾ ਮਤਲਬ ਅੱਤ ਦਰਜੇ ਦਾ ਕੱਟੜ ਕਹਿ ਲਈਏ ਜਾਂ ਸਮਰਪਿਤ ਕਹਿ ਲਈਏ ਕਬੀਰਪੰਥੀ ਸੀ ਜੀ, ਆਰ ਐਸ ਐਸ ਦੀਆਂ ਉਹਨੇ ਧੱਜੀਆਂ ਉਡਾਈਆਂ, ਜਿਸ ਤਰ੍ਹਾਂ ਉਹਨੂੰ ਮਾਂਝਾ ਲਾਇਆ ਗਿਆ, ਹਾਲਾਂਕਿ ਜੋ ਕਬੀਰ ਸਾਹਿਬ ਦਾ ਜੋ ਸਿਧਾਂਤ ਸੀ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਉਸ ਤਰ੍ਹਾਂ ਦਾ ਤਰਕ ਰਾਮਪਾਲ ਦਿਖਾਉਂਦਾ ਸੀ, ਪਰ ਆਰ ਐਸ ਐਸ ਨੂੰ ਇਹ ਹਜ਼ਮ ਨਹੀਂ ਨਾ। ਬਿਲਕੁਲ, ਇਸੇ ਤਰ੍ਹਾਂ ਜਦੋਂ ਮੋਹਣ ਭਾਗਵਤ ਵੀ ਮਾਨਸਾ ਆਉਂਦੇ ਨੇ ਤਾਂ ਡੇਰਾ ਬਿਆਸ ਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਉਚੇਚਾ ਮਾਨਸਾ ਮਿਲ ਜਾਂਦਾ, ਤੇ ਹੁਣ ਡੇਰਾ ਬਿਆਸ ਤੇ ਡੇਰਾ ਸਿਰਸਾ ਦਾ ਜੋ ਅੰਦਰੋਂ ਅੰਦਰੀ ਚੱਲ ਰਿਹਾ ਸ਼ਰਧਾਲੂਆਂ ਦੀ ਖਿੱਚਤਾਣ ਉਹ ਵੀ ਸਾਰਿਆਂ ਨੂੰ ਪਤਾ ਹੈ, ਸੋ ਰਾਮ ਰਹੀਮ ਦੇ ਉੱਤੇ ਕੇਸ ਬਹੁਤ ਸੀਗੇ ਜਾਂ ਕਾਰਨ ਇੱਦਾਂ ਦੇ ਬਣੇ, ਅਤੇ ਹੁਣ ਜਿਹੜਾ ਇਹ ਕਾਰਨ ਹੈ ਕਿ ਮੋਦੀ ਸਾਹਿਬ ਨੂੰ ਇਸ ਤਰ੍ਹਾਂ ਦੇ ਜਿਹੜੇ ਬਨਾਵਟੀ ਸੰਤ ਨੇ ਇਹਨਾਂ ਨੂੰ ਖਤਮ ਕਰਨ ਦਾ ਜਿਹੜਾ ਫੰਡਾ ਮੇਰੇ ਖਿਆਲ ਹੈ ਗੁੱਡਵਿਲ ਇੰਡੀਅਨ ਜੁਡੀਸ਼ਰੀ ਦੀ ਵੀ ਬਣ ਰਹੀ ਹੈ, ਬੀਜੇਪੀ ਸਰਕਾਰ ਦੀ ਵੀ ਬਣ ਰਹੀ ਹੈ, ਕੀ ਕਹੋਗੇ ਦੋਨੇ ਪਾਸੇ ਫਾਇਦਾ? ਜੁਡੀਸ਼ਰੀ ਦੀ ਗੁੱਡਵਿਲ ਤਾਂ ਆਪਾਂ ਦੇਖ ਰਹੇ ਹਾਂ ਵੀ ਕੋਈ ਇਸ ਤਰ੍ਹਾਂ ਦੀ ਨਹੀਂ ਬਣ ਰਹੀ ਜਿਹਦੇ 'ਤੇ ਅਸੀਂ ਮਾਣ ਕਰ ਸਕੀਏ, ਕਿਉਂਕਿ ਇੱਕ ਮੁਜਰਮ ਨੂੰ ਸਜ਼ਾ ਦੇਣਾ ਉਹਨਾਂ ਦੀ ਡਿਊਟੀ ਆ, ਡਿਊਟੀ ਆ, ਅਤੇ ਜਦੋਂ ਐਗਜ਼ੈਕਟਿਵ ਉਹਨਾਂ ਦੇ ਅੱਗੇ ਸਬੂਤਾਂ ਸਮੇਤ ਰੱਖ ਦਿਓ ਜਾ ਕੇ ਅਤੇ ਉਹਨਾਂ ਨੂੰ ਸਜ਼ਾ ਦੇਣੀ ਆ। ਵੈਸੇ ਦੂਜੇ ਪਾਸਿਓਂ ਆਪਾਂ ਦੇਖ ਰਹੇ ਜੁਡੀਸ਼ਰੀ ਇਸ ਵੇਲੇ ਦਬਾਅ 'ਚ ਚੱਲ ਰਹੀ ਆ, ਇਹ ਆਪਾਂ ਨੂੰ ਮੰਨਣਾ ਪਊਗਾ। ਅਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੰਤਾਂ ਵਾਲੇ, ਉਹ ਆਰ ਐਸ ਐਸ ਦਾ ਏਜੰਡਾ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਇੰਡੀਵਿਜੁਅਲ ਉੱਠ ਰਹੇ ਆ ਉਹ ਤਾਂ ਉਹ ਖਤਮ ਹੋਣਗੇ ਤਾਂ ਆਰ ਐਸ ਐਸ ਅੱਗੇ ਆਊਗੀ, ਤਾਂ ਹਿੰਦੂ ਤਵਾ ਉੱਠੂਗਾ ਜੇ ਇੰਡੀਵਿਜੁਅਲ ਦੇ ਪ੍ਰਵਾਨਿਤ ਪਦ ਨੇ ਸ਼ੰਕਰਾਚਾਰੀਆ ਉਹ ਉਹਨਾਂ ਦੇ ਮੁਤਾਬਕ ਚੱਲਦੇ ਆ, ਉਹ ਉਹਨਾਂ ਦੀਆਂ ਉਪਨਿਸ਼ਦਾਂ ਨੂੰ ਉਹਨਾਂ ਦੀਆਂ ਸਮ੍ਰਿਤੀਆਂ ਨੂੰ ਲਾਗੂ ਕਰਦੇ ਆ, ਉਹ ਕਹਿੰਦੇ ਆ ਵੀ ਔਰਤਾਂ ਨੂੰ ਮੰਦਰ 'ਚ ਨਹੀਂ ਜਾਣਾ ਚਾਹੀਦਾ, ਉਹ ਕਹਿੰਦੇ ਵੀ ਦਲਿਤਾਂ ਨੂੰ ਨਹੀਂ ਮੰਦਰ 'ਚ ਵੜਨ ਦੇਣਾ ਚਾਹੀਦਾ, ਅਤੇ ਇਹ ਜਦੋਂ ਇੱਥੇ ਆਉਂਦੇ ਆ ਹਰ ਕੋਈ ਚਲੇ ਜਾਂਦਾ ਇਹਨਾਂ ਕੋਲ, ਉਹ ਇਹਨਾਂ ਨੂੰ ਨਹੀਂ ਬਰਦਾਸ਼ਤ ਕਰ ਸਕਦੀ। ਬੜਾ ਸਾਹਿਬ, ਜਿਸ ਤਰ੍ਹਾਂ ਇਹ ਪ੍ਰੋਫੈਸਰ ਸਾਹਿਬ ਇਹ ਜਿਹੜਾ ਮਾਮਲਾ ਹੈ ਕਿ ਪੋਲੀਟੀਕਲ ਤੌਰ 'ਤੇ ਤੁਸੀਂ ਕੀ ਵੇਖਦੇ ਹੋ, ਕਾਂਗਰਸ ਦੇ ਜਿਹੜੇ ਲੋਕ ਸੀਗੇ ਰਾਹੁਲ ਉਹ ਵੀ ਮੰਦਰਾਂ 'ਚ ਜਾਣ ਲੱਗੇ, ਕਿਉਂਕਿ ਇਹ ਮੰਦਰਾਂ 'ਚ ਜਾ ਕੇ ਧਾਰਮਿਕ ਰਾਜਨੀਤੀ ਕਰਨ ਦਾ ਫੰਡਾ ਮੋਦੀ ਸਾਹਿਬ ਨੂੰ ਬਹੁਤ ਰਾਸ ਹੁੰਦਾ, ਕਿਉਂਕਿ ਆਰ ਐਸ ਐਸ ਤਾਂ ਮੁੱਢ ਜਿਹੜਾ ਬੰਦਾ ਪਰਿਵਾਰਵਾਦ ਤੋਂ ਦੂਰ ਹੈ, ਗ੍ਰਹਿਸਤ ਨਹੀਂ ਹੈ, ਉਹਨੂੰ ਭਾਵੇਂ ਉਹ ਖੱਟੜ ਸਾਹਿਬ ਹੋਣ, ਭਾਵੇਂ ਮੋਦੀ ਸਾਹਿਬ ਹੋਣ, ਭਾਵੇਂ ਪੰਜਾਬ ਵਾਲੇ ਹੋਣ, ਉਹਨਾਂ ਦੇ ਲਈ ਉਹ ਕਾਰਗਰ ਯੋਧਾ ਆਰ ਐਸ ਐਸ ਦਾ, ਹਿੰਦੂ ਧਰਮ ਦਾ, ਉਹਨੂੰ ਪੋਲੀਟੀਕਲ ਤੌਰ 'ਤੇ ਅੱਗੇ ਲਾ ਕੇ ਹਿੰਦੂਤਵ ਦਾ ਜਿਹੜਾ ਏਜੰਡਾ ਸੈੱਟ ਵੀ ਹੋ ਰਿਹਾ। ਇਹ ਜਿਹੜਾ ਹਾਲੀਆ ਡਿਵੈਲਪਮੈਂਟ ਹੋਈ ਹੈ ਆਸਾਰਾਮ ਵਾਲੀ, ਮੋਦੀ ਸਰਕਾਰ ਦਾ ਕਦ ਬੁੱਤ 2019 ਵਾਸਤੇ ਵਧਿਆ, ਕਾਂਗਰਸ ਨੂੰ ਬੀਟ ਕਰ ਰਿਹਾ, ਇਸ ਮਾਮਲੇ ਨੂੰ ਲੈ ਕੇ ਕੋਈ ਅਸਰ ਪੈ ਰਿਹਾ ਸਾਹਿਬ? ਇਹ ਮਜਬੂਰੀ 'ਚ ਕੀਤਾ ਹੋਇਆ ਫੈਸਲਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਖੁਦ ਹੀ ਕਿਹਾ ਕਿ ਜਦੋਂ ਆਸਾਰਾਮ ਜੀ ਨੇ ਮੋਦੀ ਸਾਹਿਬ ਨੂੰ ਖੁਦ ਹੀ ਭਸਮ ਕਰਨ ਤੱਕ ਦਾ ਚੈਲੰਜ ਦਿੱਤਾ, ਅਤੇ ਉਸ ਮਜਬੂਰੀ 'ਚ ਹੀ ਆਸਾਰਾਮ ਨੂੰ ਜੇਲ੍ਹ 'ਚ ਲਿਜਾਣਾ ਪਿਆ, ਅਤੇ ਮੈਂ ਸਮਝਦਾ ਕਿ ਉਸੇ ਮਜਬੂਰੀ 'ਚੋਂ ਇਹਦੀ ਸਜ਼ਾ ਉਪਜਦੀ ਹੈ। ਅਤੇ ਜਿੱਥੋਂ ਤੱਕ 19 ਦੀ ਇਲੈਕਸ਼ਨ ਦਾ ਸੰਬੰਧ ਹੈ, ਅਤੇ 19 ਦੀ ਇਲੈਕਸ਼ਨ ਤੱਕ ਤਾਂ ਰਾਜਸੀ ਦ੍ਰਿਸ਼ ਦੇ ਉੱਤੇ ਹਲੇ ਬਹੁਤ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਨੇ, ਅਤੇ ਉਹਦੇ ਤੋਂ ਹਲੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕੀ ਇਹ ਕਿਸ ਹੱਦ ਤੱਕ ਉਹਨਾਂ ਨੂੰ ਪੇ ਕਰਦਾ ਜਾਂ ਨਹੀਂ ਕਰਦਾ। ਜੀ, ਆਪਾਂ ਓਖਲਾ ਸਾਹਿਬ ਇੱਕ ਵਕਫਾ ਲੈਂਦੇ ਹਾਂ, ਵਕਫੇ ਤੋਂ ਬਾਅਦ ਫਿਰ ਦੋਸਤੋ ਤੁਹਾਡੇ ਨਾਲ ਸਾਂਝ ਪਾਵਾਂਗੇ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
अकाल चैनल दे सत्कारत दर्शकों का प्रोग्राम सच दा सामना दे विच एक बार फिर तो स्वागत। मैं तुहाडा दोस्त होस्ट परमिंदर सिंह टिवाणा ते अज दे इस प्रोग्राम दे विच असीं सद्दा दित्ता पटियाला दे महिंद्रा कॉलेज तो पोलिटिकल विभाग तो डॉक्टर प्रोफेसर बलजिंदर सिंह जी, स्वागत है आप जी दा जी। ये दूसरे मौजूद मेहमान बहुपक्षी शख्सियत लेखक राजनीतिक तर्कशील सरबजीत सिंह ओखला साहब आप जी दा स्वागत। ओखला साहब कुछ डिवेलपमेंट हुई फगवाड़ा के बांसा वाले बाजार के फिर तकरार होया दलित उच्च हिंदू वर्ग के तकरार जो हो रहा भावें कि उस गोल चौक का ना कैप्टन साहब ने जरा दलित भाईचारे की मांग पर डॉक्टर अंबेदकर साहब के नाते संविधान चौक कर दिता पर बांसा वाले बाजार के जी खहबाजी चल रही है कहते बांस जो जंगल भिड़ते हैं ना आपस रगड़ा तो अग का कारण बनते हैं बिल्कुल ये जी दलित उच्चिया जातों की जी अग है ये लगातार भटक रही है ज भड़काई जा रही है। इस तरह एक होर डिवेलपमेंट हुई है जिस तरह मोदी सरकार दलित मुद्दे पर घिर भी रही है जेडे ये शंकराचार्य ने महामंडलेश्वर ने अखाड़ा परिषद वाले इन्होंने एक दलित व्यक्ति कन्हैया कुमार ने उस कन्हैया कुमार महंत नूं महामंडलेश्वर की उपाधि देने का ऐलान किया। हिंदू इतिहास के वैदिक काल तो लैके हुण तक पहली बार हो रहा कदे दलितों के मतलब कन्नां दे विच सिक्का पाया जाता सी श्री राम राजा के वक्त भी तो अज ये डिवेलपमेंट किस पासे नूं जा रही है ये पोलिटिकल है जां समें की मजबूरी। कोई मजबूरी नहीं जी किसी ना किसी तरह उन्होंने इन्हों नूं हौली हौली लड़ाउणा है ते पाड़ना है। उन्होंने पता है भी ये कट्ठे तो वैसे नहीं हो सकते SC BC ST कई वर्गों से पहले ही वंडे हुए उन्हों का मकसद सिर्फ यह भी हिंदू वोट जी किसी तरह एक थान पर खड़ी हो जाए आके एक मुठ हो जाए किसी पोलीटिकल पार्टी नाल ना जाए बैकग्राउंड तो उन्होंने यही कंसैप्ट कर रहा है। जे कन्हैया वो स्वीकार कर लेंदा है तो कन्हैया ही नहीं वो कई खत्म हो जाते हैं ना भी खत्म हो जिमें वाल्मीक उन्होंने ब्राह्मण के घर जमया होया कबीर ब्राह्मण के घर जमया होया हौली हौली बना शुरू करता कन्हैया तो झट बना देंगे भी घट्टो घट ये जरूर कर देंगे भी वह तो उन्होंने शांच पलिया जी उन्होंने ब्राह्मणा ने उन्होंने हालत तक पहुँचाया दलित पुजारी नहीं बन सकता सो महंत से जो कन्हैया कुमार यूपी का सगा एक कन्हैया वैसे BJP जरा दिल्ली यूनिवर्सिटी वाला बहुत घेर रहा पर उस कन्हैये तो नहीं एक कन्हैया कुमार महंत जिस तरह दलित महामंडलेश्वर बना दिता कितने ना कितने वो सवाल के दलित नूं ये लाइक नहीं करदे उह धोण दा यतन है शायद नहीं। महामंडलेश्वर की उपाधि जिहड़ी आ तुसीं भी खरीद सकदे हो प्रोफेसर साहब भी खरीद सकदे आ कोई होर भी खरीद सकदा सुखविंदर बोली हुंदी है जी वो बोली लगदी है कोई भी खरीद सकदा है। दूजी गल आ भी बहुत सारे इलाकों च दबाव पै रहा है भी दलित जिहड़े आ पिछे जा रहे आ दलित जिहड़े आ हिंदू धर्म चो बाहर जा रहे जे एक अद्धे नूं इदां फसा लिया जाए तो दलित हिंदू धर्म तो जिवें रौला पै रहा है दलित अड खड़ गए उन्होंने अपने घरां चो मूर्तियां कढ के बाहर रखनियां शुरू करतियां तुसीं मूवियां देखियां होणियां व्हाट्सएप ते भी उन्होंने वख वख देवतियां दीआं मूर्तियां जिहड़ियां घरां चो चक्कतियां ते उह कहिंदे वी असीं तां सिर्फ इहनूं अपने अंबेदकर नूं ही मन्नांगे उस हालत च जरूरी हो जाता है भी जे वह हिंदूवादी होके विच वड़े रहन ते वोटर तो बने रहनगे ना हिंदूवाद के नाते वोटर उन्हां नूं वोटर चाहिए आ उन्हां नूं बंदे इंसान नहीं चाहिए उन्हां नूं जिउंदियां स्टैंपां चाहीदियां ते वह इस कई बहुत सारी वड्डी गिणती च लोक जिहड़े आ इस बहाने उधर नूं जुड़े रह सकदे आ इक थप्पा हट जूगा भी इह तां जी साडे विरोधी आ। सियासतदान की शातरता की सूभ कई बार मीडिया नूं भी नहीं आउंदी कि करदे की ने वैसे भी जिहड़ियां अंतरराष्ट्रीय पद्धर ते जिहड़ी रिपोर्ट आई है 180 मुल्कां दे विच्चों मीडिया दे खेतर दे विच भारत 138वें रैंक ते आ पाकिस्तान 139वें ते असीं इन्ने च खुश हां कि असीं पाकिस्तान नालों इक बाकी मीडिया भी मोदी दे मन दी बात इस दौरान जे तुसीं वेख्या जावे प्रेस दी आजादी ते चलो बाद दी गल है पर जिहड़े साडे पोलिटिकल लोग ने इह कणकां नूं अग्गां लग रहीयां ने उहनां दे पिछे फायर ब्रिगेड दी गड्डी नहीं इह सियासतदानां दे पिछे फायर ब्रिगेड दीआं गड्डियां जांदीआं ने क्योंकि इहनां दा काम ही अग्ग लाउणा बुझाउणा नहीं है। इस दौरान बड़ी इंटरस्टिंग रिपोर्ट डॉक्टर टोडा साहब आई है इलैक्शन वाच दी कि भारत दे 58 MP ते MLA अजिहे ने जिन्हां उत्ते हेठ स्पीच दे दोष ने
ਜਾਣੀ ਕਿ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਲੜਾਉਣ ਦੇ ਦੋਸ਼ ਨੇ। ਯੋਗੀ ਦੇ ਉੱਤਰ ਪ੍ਰਦੇਸ਼ ਦੇ ਵਿੱਚ 17% ਜਿਹੜੇ ਸੰਪਰਦਾਇਕ ਦੰਗੇ ਨੇ ਹਿੰਦੂ ਸਿੱਖਾਂ ਚ ਉਹ ਵਧੇ ਨੇ 2017 ਚ। ਇਹ ਜਿਹੜਾ ਧਰਮ ਦੇ ਆਧਾਰ ਤੇ ਜਿਹੜੀ ਨਫ਼ਰਤ ਵੱਧ ਰਹੀ ਹੈ, ਇਸੇ ਦੌਰਾਨ ਬੀਜੇਪੀ ਦੇ 10 MP ਨੇ ਤੇ ਵਿਧਾਇਕ ਵੀ ਬੀਜੇਪੀ ਦੇ ਸਭ ਤੋਂ ਜ਼ਿਆਦਾ ਨੇ ਜਿਹੜੇ ਹੇਟ ਕ੍ਰਾਈਮ ਚ ਨੇ, ਤੇ ਇਸ ਦੌਰਾਨ ਕਈ ਸਾਰੀਆਂ ਸਾਧਵੀਆਂ ਵੀ ਸਿਆਸਤ ਚ ਨੇ। ਉਮਾ ਭਾਰਤੀ ਉੱਧਰ ਹੈਦਰਾਬਾਦ ਹੀਰਿਆਂ ਦੇ ਸ਼ਹਿਰ ਦਾ ਮੁਸਲਮਾਨ ਦਾ ਗਰਮ ਖਿਆਲੀ ਹੀਰਾ ਅਵੈਸੀ ਸਾਹਿਬ, ਉਹ ਵੀ ਇਸ ਹੇਟ ਕ੍ਰਾਈਮ ਦੇ ਜਿਹੜੀ ਹੇਟ ਸਪੀਚ ਹੈ ਉਸ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਨੇ। ਇਹ ਜਿਹੜਾ ਰਾਜਨੀਤੀ ਦੇ ਵਿੱਚ ਜਿਹੜਾ ਡਾਕਟਰ ਸਾਹਿਬ ਇਹ ਰੁਝਾਨ ਚੱਲ ਰਿਹਾ ਭੜਕਾ ਕੇ ਅੱਗਾਂ ਲਾਉਣ ਦਾ, ਕੀ ਵੇਖਦੇ ਹੋ ਤੁਸੀਂ ਆਉਣ ਵਾਲੇ ਸਮੇਂ 'ਚ ਭਾਰਤੀ ਰਾਜਨੀਤੀ? ਜੀ ਟਵਾਣਾ ਸਾਹਿਬ, ਵੈਸੇ ਸਾਡੀ ਭਾਰਤੀ ਰਾਜਨੀਤੀ ਦਾ ਜੇ ਅਸੀਂ 1975 ਤੋਂ ਨੈਸ਼ਨਲ ਐਮਰਜੈਂਸੀ ਦੇ ਪੀਰੀਅਡ ਤੋਂ ਗੱਲ ਕਰ ਲਈਏ ਤੇ ਰੁਝਾਨ ਬੜਾ ਪੁਰਾਣਾ ਚੱਲਿਆ ਰਿਹਾ, ਪਰ ਅੱਜ ਕਿਉਂਕਿ ਜਿਹੜਾ ਮੀਡੀਆ ਸੋਸ਼ਲ ਮੀਡੀਆ ਬਹੁਤ ਤਰੱਕੀ ਕਰ ਗਿਆ ਅਤੇ ਉਹ ਭੜਕਾਹਟ ਬੜੀ ਛੇਤੀ ਪਹੁੰਚ ਜਾਂਦੀ ਹੈ ਲੋਕਾਂ ਤੱਕ। ਅਤੇ ਮੈਂ ਬਤੌਰ ਰਾਜਨੀਤੀ ਦਾ ਵਿਦਿਆਰਥੀ ਹੋਣ ਦੇ ਨਾਤੇ ਇਹੀ ਕਹਿਣਾ ਚਾਹੁੰਦਾ ਕਿ ਭਾਰਤੀ ਲੋਕਤੰਤਰ ਵਿਸ਼ਵ ਦੇ ਵਿੱਚ ਇੱਕ ਬੜਾ ਵੱਡਾ ਮਜ਼ਬੂਤ ਲੋਕਤੰਤਰ ਹੈ। ਜੇ ਸਾਡੇ ਰਾਜਨੀਤੀਵਾਨ ਸਿਆਣੇ ਨੇ ਅਤੇ ਉਹ ਲੋਕਤੰਤਰ ਦੀ ਇੱਕ ਉਦਾਹਰਣ ਵਿਸ਼ਵ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ ਤਾਂ ਇਹ ਬਹੁਤ ਹੀ ਜ਼ਰੂਰੀ ਹੋਊਗਾ ਕਿ ਅਜਿਹੇ ਫੈਸਲੇ ਲੈਣੇ ਹੋਣਗੇ ਜਿਨ੍ਹਾਂ ਦੇ ਵਿੱਚ ਅਸੀਂ ਅਜਿਹੀਆਂ ਭੜਕਾਊ ਤਕਰੀਰਾਂ ਅਤੇ ਅਜਿਹੇ ਜਜ਼ਬਾਤੀ ਭਾਸ਼ਣ ਦੇ ਕੇ ਲੋਕਾਂ ਨੂੰ ਭੜਕਾਹਟ ਪੈਦਾ ਕਰਨ 'ਤੇ ਇਹ ਕਾਨੂੰਨੀ ਰੋਕ ਲੱਗਣੀ ਚਾਹੀਦੀ ਹੈ। ਅਤੇ ਇਸੇ ਨਾਲ ਹੀ ਲੋਕਾਂ ਦੀ ਜਿਹੜੀ ਭਾਰਤੀ ਲੋਕਤੰਤਰ ਹੈ ਉਹਦੇ ਵਿੱਚ ਜਿਹੜੀ ਰੁਚੀ ਹੈ ਜਾਂ ਵਿਸ਼ਵਾਸ ਹੈ ਉਹ ਪੈਦਾ ਕੀਤਾ ਜਾ ਸਕਦਾ ਹੈ। ਜੀ, ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਜਿਹੜਾ ਬੋਲਦਾ ਕਿ ਮੇਰੇ ਕੋਲ ਖੁੰਡਾ ਹੈ ਮੈਂ ਪਜਾਮੀ 'ਚ ਚੂਹੇ ਛੱਡ ਦੂੰ, ਉਹ ਸਿਆਸਤਦਾਨ ਲੋਕਾਂ ਨੂੰ ਪਸੰਦ ਹੈ। ਅਸੀਂ ਮੈਂ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਯਾਦ ਹੋਣਾ, ਕੈਪਟਨ ਸਾਹਿਬ ਨਾਲ ਮੁਲਾਕਾਤ ਕੀਤੀ ਸੀਗੀ। ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੈਪਟਨ ਸਾਹਿਬ ਖੁੰਡਾ ਕਾਇਮ ਹੈ ਵਿਰੋਧੀਆਂ ਵਾਸਤੇ? ਕਹਿੰਦਾ ਬਿਲਕੁਲ ਖੁੰਡਾ ਕਾਇਮ ਹੈ। ਮੈਨੂੰ ਲੱਗਦਾ ਖੁੰਡਾ ਉਹਨਾਂ ਦਾ ਵੀ ਖੁੰਡਾ ਹੋ ਗਿਆ। ਪੰਜਾਬ ਦੀ ਰਾਜਨੀਤੀ 'ਚ ਵੀ ਇਹ ਕੁਛ ਹੋ ਰਿਹਾ, ਕੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮਾਰਸ਼ਲ ਸਿਆਸਤਦਾਨ ਨੇ, ਮਚਲੇ ਸਿਆਸਤਦਾਨ ਨੇ, ਉਹ ਰਾਸ ਆਉਂਦੇ ਲੋਕਾਂ ਨੂੰ? ਮੈਂ ਦੋ ਗੱਲਾਂ ਤੋਂ ਆਉਣਾ, ਪਹਿਲਾਂ ਪ੍ਰੈਸ ਦੀ ਆਜ਼ਾਦੀ 'ਤੇ ਗੱਲ ਛਿੜੀ ਸੀ। ਜੀ ਜੀ, ਨਾ ਤਾਂ ਪ੍ਰੈਸ ਆਜ਼ਾਦੀ ਚਾਹੁੰਦੀ ਆ, ਤੁਸੀਂ ਲੋਕਤੰਤਰ ਦੀ ਗੱਲ ਕੀਤੀ ਹੈ, ਨਾ ਸਾਡੇ ਲੀਡਰ ਲੋਕਤੰਤਰ ਚਾਹੁੰਦੇ ਆ। ਪ੍ਰੈਸ ਦੀ ਆਜ਼ਾਦੀ ਇਸ ਵੇਲੇ ਜੇ ਆਪਾਂ ਟੋਟਲ ਗਿਣੀ ਤਾਂ 1% ਪੱਤਰਕਾਰ, ਤੇ ਜੇ 200 ਚੈਨਲ ਆ ਤਾਂ ਉਹਨਾਂ 'ਚੋਂ ਇੱਕ ਅੱਧਾ ਚੈਨਲ ਹੋਊਗਾ ਜਿਹੜਾ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦਾ, ਆਜ਼ਾਦੀ ਨਾਲ ਗੱਲ ਕਰਦਾ, ਐਥਿਕਸ ਜਿਹੜੇ ਜਰਨਲਿਜ਼ਮ ਦੇ ਉਹਦੇ ਮੁਤਾਬਕ ਗੱਲ ਕਰਦਾ। ਮੈਂ ਤਾਂ ਡਾਲੀ ਤੇ ਬਾਕੀ ਤਾਂ ਕਹਿਣਾ ਹੁੰਦਾ ਵੀ ਆਪਣੀ ਰੋਟੀ ਖਾਇਆ ਉਹ ਤੇ ਸਾਡੇ ਲਈ ਲੈ, ਬਾਕੀ ਤਾਂ ਆਜ਼ਾਦੀ ਕਰਦੇ ਸਪਲੀਮੈਂਟ ਸਿਸਟਮ। ਤੁਸੀਂ ਬਾਕੀ ਪੱਤਰਕਾਰ ਵੇਜ ਬੋਰਡ ਹੈ, ਕੋਈ ਵੀ ਮੀਡੀਆ ਇੰਡੀਆ ਦਾ ਮੰਗ ਨਹੀਂ ਕਰ ਰਿਹਾ ਕਿ ਸਾਨੂੰ ਵੇਜ਼ਸ ਮੁਕਰਰ ਕੀਤੇ ਜਾਣ, ਜੋ ਮਜੀਠੀਆ ਕਮਿਸ਼ਨ ਦੀ ਰਿਪੋਰਟ ਹੈ। ਬਾਕੀ ਆਜ਼ਾਦੀ ਚਾਹੁੰਦੇ ਹੀ ਕਦੋਂ ਆ? ਉਹ ਤੇ ਜਿਵੇਂ ਸਰਕਾਰ ਚਲਾ ਰਹੀ ਆ ਉਵੇਂ ਚੱਲ ਰਿਹਾ, ਜਿਵੇਂ ਲੀਡਰ ਚਲਾ ਰਹੇ ਉਵੇਂ ਚੱਲ ਰਿਹਾ, ਗੋਦੀ ਮੀਡੀਆ ਪੈਦਾ ਹੋ ਗਿਆ, ਗੋਦੀ ਮੀਡੀਆ। ਤੇ ਦੂਜੇ ਪਾਸੇ ਪੋਲੀਟੀਕਲ ਲੀਡਰ ਆ ਸਾਡੇ, ਉਹ ਪੋਲੀਟੀਕਲ ਪਾਰਟੀਆਂ ਦੇ ਅੰਦਰ ਕਿੱਥੇ ਲੋਕਤੰਤਰ ਹੈ? ਕਿਸੇ ਵੀ ਲੀਡਰ ਦੀ ਆਪਣੀ ਨੇਚਰ ਲੋਕਤੰਤਰੀ ਨਹੀਂ ਹੈਗੀ ਜਦੋਂ ਤੱਕ ਕਿਸੇ ਰਾਜਸੀ ਪਾਰਟੀ ਦੇ ਵਿਦਨ ਡੈਮੋਕ੍ਰੇਸੀ ਨਹੀਂ ਹੁੰਦੀ, ਉਦੋਂ ਤੱਕ ਡੈਮੋਕ੍ਰੇਸੀ ਐਸਟੈਬਲਿਸ਼ ਨਹੀਂ ਹੋ ਸਕਦੀ। ਤੁਸੀਂ ਗੱਲ ਕਰ ਰਹੇ ਸੀਗੇ ਖੁੰਡੇ ਵਾਲੇ ਲੀਡਰਾਂ ਦੀ, ਕਿ ਆਪਾਂ ਇਹੋ ਜਿਹੇ ਲੀਡਰਾਂ ਦੀ, ਇਹੋ ਜਿਹੇ ਅਸਾਮ ਜੇ ਅਸੀਂ ਲੋਕਤੰਤਰ ਚਾਹੁੰਦੇ ਹਾਂ ਤੇ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਿਵੇਂ ਕਰ ਸਕਦੇ ਹਾਂ ਵੀ ਉਹ ਖੁੰਡੇ ਨਾਲ ਸਿੱਧੇ ਕਰਨ ਲੋਕਾਂ ਨੂੰ? ਜੇ ਉਹ ਲੋਕਾਂ ਦੇ ਪਿਆਰੇ ਨੇਤਾ ਹੈ ਤਾਂ ਫਿਰ ਤਾਂ ਮਕਸਦ ਹੀ ਕੋਈ ਨਹੀਂ ਵੀ ਉਹ ਖੁੰਡੇ ਨਾਲ ਸਿੱਧੇ ਕਰਨ ਤੇ ਇਹੋ ਜਿਹੇ ਹਾਲਾਤ ਪੈਦਾ ਹੋਣ। ਨਾ ਲੋਕਤੰਤਰ ਉਹ ਚਾਹੁੰਦੇ ਆ ਤੇ ਨਾ ਲੋਕੀ ਇੰਨੇ ਸਿਆਣੇ ਹੋਏ ਆ ਸਾਡੇ। ਪੰਜਾਬ ਦੀ ਹੈ ਭਾਰਤ ਦੀ ਰਾਜਨੀਤੀ, ਤੁਸੀਂ ਵਿਸ਼ਵ ਰਾਜਨੀਤੀ ਪੜ੍ਹਦੇ ਹੋ, ਬੜੀ ਉਹਨਾਂ 'ਚ ਨੈਤਿਕਤਾ ਹੈਗੀ, ਨੈਤਿਕ ਆਧਾਰ 'ਤੇ ਅਸਤੀਫਾ ਵੀ ਦੇ ਦਿੰਦੇ ਨੇ, ਅਤੇ ਸਾਡੇ ਵਾਲੇ ਤਾਂ ਜੇਲ੍ਹ 'ਚ ਸਿੱਟਣ ਤੋਂ ਬਾਅਦ ਵੀ ਕਹਿੰਦੇ ਨੇ ਮੈਂ ਪਾਕਿਸਤਾਨ ਹਾਂ। ਕਿਤੇ ਸੁਧਾਰ ਦੀ ਕੋਈ ਉਮੀਦ 1-2% ਪੰਜਾਬ ਦੀ ਹੈ? ਸੰਖੇਪ ਟਵਾਣਾ ਸਾਹਿਬ, ਜਿੱਥੋਂ ਤੱਕ ਆਪਾਂ ਇਸ ਵਿਸ਼ੇ 'ਤੇ ਚਰਚਾ ਕਰ ਰਹੇ ਹਾਂ, ਮੈਂ ਬਤੌਰ ਰਾਜਨੀਤੀ ਦੇ ਵਿਦਿਆਰਥੀ ਇਹੀ ਕਹਿਣਾ ਪਸੰਦ ਕਰੂੰਗਾ ਕਿ ਨਿਰਾਸ਼ ਹੋਣ ਦੀ ਵੀ ਕੋਈ ਲੋੜ ਨਹੀਂ। ਅਸੀਂ ਬੜੇ ਪਿਛਲੇ ਸਾਡੇ ਇਤਿਹਾਸ ਦਾ ਵਰਤਾਂਤ ਪੜ੍ਹੀਏ, ਬੜੇ ਮਾੜੇ ਸਮਿਆਂ ਦੇ ਵਿੱਚੋਂ ਗੁਜ਼ਰ ਕੇ ਆਏ ਹਾਂ ਅਤੇ ਸਮੇਂ ਸਮੇਂ 'ਤੇ ਸਾਨੂੰ ਸੇਧ ਦੇਣ ਵਾਲੇ ਆਗੂ ਵੀ ਪੈਦਾ ਹੁੰਦੇ ਰਹੇ ਅਤੇ ਕੌਮ ਵੀ ਜਾਗਰਤ ਹੁੰਦੀ ਰਹੀ ਅਤੇ ਉਮੀਦ ਹੈ ਕਿ ਜੇ ਇਹੋ ਜਿਹਾ ਨਿਜ਼ਾਮ ਹੈ ਤਾਂ ਉਸ ਨਿਜ਼ਾਮ ਨੂੰ ਧੋਣ ਵਾਲੇ ਲੋਕ ਵੀ ਸਾਡੇ ਜਿਹੜੇ ਨੇ ਉਹਨਾਂ ਦੇ ਪੈਦਾ ਹੋਣਗੇ ਅਤੇ ਉਹ ਇਹਨਾਂ ਲੋਕਾਂ ਤੋਂ ਸਾਡਾ ਖਹਿੜਾ ਛਡਾਉਣਗੇ। ਮੁੱਖ ਦੀ ਗੱਲ, ਜਿਸ ਤਰ੍ਹਾਂ ਅਸੀਂ ਪੰਜਾਬੀ ਸਿੱਖਇਜ਼ਮ ਸ਼ਬਦ ਗੁਰੂ ਦੇ ਵਾਰਿਸ ਹਾਂ, ਸਾਨੂੰ ਸ਼ਬਦਾਂ ਦੇ ਲੜ ਲੱਗਣਾ ਚਾਹੀਦਾ, ਵੱਧ ਤੋਂ ਵੱਧ ਲਿਟਰੇਚਰ ਸਾਹਿਤ ਪੜ੍ਹਨਾ ਚਾਹੀਦਾ। ਨਾਨਕ ਸਿੰਘ ਦੇ ਨਾਵਲ ਦਾ ਇੱਕ ਭੂਮਿਕਾ ਦੀ ਗੱਲ ਮੈਂ ਜ਼ਰੂਰ ਕਰਾਂਗਾ,
ਜਿਹੜਾ ਸੰਤ ਸਾਂਢ ਵੱਧਦੇ ਜਾ ਰਹੇ ਨੇ, ਉਹਨਾਂ ਨੇ ਆਪਣੇ ਇੱਕ ਨਾਵਲ ਦੀ ਭੂਮਿਕਾ 'ਚ ਸਾ ਨਾਨਕ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਮਾਈਆਂ ਗਾਈਆਂ ਬੰਦੇ ਬੈਲ ਸੰਤ ਸਾਂਢ ਵਿੱਚ ਕਰਦੇ ਸੈਰ, ਕਿ ਮਾਈਆਂ ਵਿਚਾਰੀਆਂ ਗਾਈਆਂ ਦੀ ਤਰ੍ਹਾਂ ਨੇ, ਮਾਫ਼ ਕਰਨਾ, ਜਿੱਧਰ ਨੂੰ ਭੇਜ ਦੋ ਉੱਧਰ ਚਲੀਆਂ ਜਾਂਦੀਆਂ ਨੇ, ਅਤੇ ਬੰਦੇ ਆ ਜਿਹੜੇ ਉਹ ਕਮਾਊ ਬੈਲ ਬਣ ਕੇ ਕੰਮ ਕਰਦੇ ਨੇ, ਇਹ ਸੰਤ ਸਾਂਢ ਆ ਜਿਹੜੇ ਫਿਰ ਇਸ ਤਰ੍ਹਾਂ ਦਾ ਕੁਛ ਕਰਦੇ ਨੇ। ਮਾਣਕ ਸਾਹਿਬ ਦਾ ਗੀਤ ਵੀ ਇੱਕ ਪਾਸੇ ਸੁਚੇਤ ਕਰਦਾ ਕਿ ਘਰਾਂ ਦੇ ਹਾਲਾਤਾਂ ਨੂੰ ਪਹਿਚਾਣੀਏ, ਕਿਉਂ ਲੋਕ ਆਪਣੀਆਂ ਕੁਆਰੀਆਂ ਕੁੜੀਆਂ ਨੂੰ ਉੱਥੇ ਭੇਜਦੇ ਨੇ ਇਲਾਜ ਡਾਕਟਰ ਤੋਂ ਕਰਾਉਣਾ ਚਾਹੀਦਾ, ਨਾ ਕਿ ਇੱਦਾਂ ਦੇ ਸਾਂਢਾਂ ਤੋਂ, ਹੈ ਨਾ। ਗੁਲਸ਼ਨ ਕੋਮਲ ਹੋਰਾਂ ਨੇ ਗੀਤ ਗਾਇਆ ਕਿ ਘਰ ਮੇਰੇ ਜੇਠ ਦੀ ਰਾਂਝਾ ਰੋਡ ਤੋਂ ਬੱਕਰੀਆਂ, ਰੀਜ਼ਨ ਤਾਂ ਕਿਤੇ ਹੋਰ ਪਏ ਹੁੰਦੇ ਆ, ਚਿੱਤ ਕਰੇ ਹੋ ਜਾ ਸਾਧਨੀ ਸੱਸ ਚੰਦਰੀ ਬੋਲੀਆਂ ਮਾਰ। ਸੋ ਘਰਾਂ ਦੇ ਹਾਲਾਤ, ਰਾਂਝਾ ਰੋਂਦੂ ਨਹੀਂ ਹੋਣਾ ਚਾਹੀਦਾ, ਭੌਂਦੂ ਨਹੀਂ ਹੋਣਾ ਚਾਹੀਦਾ, ਘਰੇ ਜੇਠ ਦੀ ਨਹੀਂ ਵਾਲੀ ਪੁੱਗਣੀ ਚਾਹੀਦੀ, ਨਹੀਂ ਤੇ ਫਿਰ ਸਾਧਨੀ ਹੋ ਜਾਣਾ, ਐਸ਼ ਕਰਨਗੇ ਫਿਰ ਸਾਧ ਦੇ ਚੇਲੇ। ਇਸ ਕਰਕੇ ਸਾਨੂੰ ਇਸ ਤੋਂ ਸਮਝਣ ਸਤਰਕ ਹੋਣ ਦੀ ਜ਼ਰੂਰਤ ਹੈ। ਉਖਲਾ ਸਾਹਿਬ ਆਪ ਜੀ ਦਾ, ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਤਿਕਾਰ ਦਰਸ਼ਕਾਂ ਤੋਂ। ਮੈਂ ਪ੍ਰੋਗਰਾਮ ਸੱਚ ਦਾ ਸਾਹਮਣਾ ਇੱਥੇ ਹੀ ਸਮਾਪਤ ਕਰਨ ਲਈ ਪਰਮਿੰਦਰ ਸਿੰਘ ਢਵਾਣਾ ਆ ਗਿਆ ਚਾਹਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।